ਡਿਸਪਲੇ ਲੱਗੀ ਹੋਈ ਹੈ ਸ਼ਰਟਾਂ ਦੇ ਅਲੱਗ ਅਲੱਗ ਰੰਗ ਗੋਲ ਗਲੇ ਦੇ ਵਿੱਚ ਵੀ ਲੈ ਕੇ ਜਾ ਸਕਦੇ ਹੋ ਜੀ ਹੁਣੇ ਰੰਗ ਨਿੱਕਰਾਂ ਦੇ ਵਿੱਚ ਅਲੱਗ ਅਲੱਗ ਰੰਗ ਤੁਸੀਂ ਲੈ ਕੇ ਜਾ ਸਕੋ ਜੀ ਆਫਿਸ ਵਾਸਤੇ ਵੀ ਲੈ ਕੇ ਜਾ ਸਕਦੇ ਪਾਰਟੀ ਵਿੱਚ ਫੁੱਲ ਸਲੀਵ ਵਾਈਟ ਸ਼ਰਟਾਂ ਕੋਟ ਪੈਂਟ ਥੱਲੇ ਅਲੱਗ ਅਲੱਗ ਡਿਜ਼ਾਈਨ ਬਹੁਤ ਹੀ ਸੋਹਣੇ ਕੱਪੜੇ ਦੇ ਵਿੱਚ ਪਜਾਮੇ ਆ ਗਏ ਖੁੱਲੇ ਡੁੱਲੇ ਪਲਾਜੋ ਸੂਟ ਵੀ ਆ ਗਏ ਇੱਧਰ ਫਰਾਕ ਸੂਟ ਤੁਸੀਂ ਇਹਦੇ ਵਿੱਚ ਲਾਤੇ ਜੀ ਪਿਓਰ ਕਾਟਨ ਦੀਆਂ ਪੈਂਟਾਂ 200 ਰੁਪਏ ਦੇ ਵਿੱਚ ਆਹ ਲਾਈਨ ਲੱਗੀ ਹੋਈ ਮੋਜ਼ੇ ਦੇਖੋ ਜੀ 350 ਦੇ ਵਿੱਚ ਉੱਪਰ ਵਾਲੇ ਡਿਸਪਲੇ ਵਿੱਚ ਲੱਗੀ ਹੋਈ ਇੱਧਰ ਆ ਗਏ ਜੀ ਬੱਚਿਆਂ ਦੇ ਕੱਪੜੇ ਆ ਦੇਖੋ ਜੀ ਕਾਟਨ ਦੇ ਕੱਪੜੇ 450 ਦੇ ਵਿੱਚ ਪੈਂਟਾਂ ਨਵੀਆਂ ਟੀ ਸ਼ਰਟਾਂ ਰੰਗ ਤੁਹਾਨੂੰ ਮਿਲ ਜਾਣਗੇ ਅਲੱਗ ਅਲੱਗ 3 ਪੀਸ ਕੋਟ ਪੈਂਟਾਂ ਦੀ ਡਿਸਪਲੇ ਲੱਗੀ ਹੋਈ ਹੈ ਜੀ 250 ਚ ਠੀਕ ਹੈ ਜੀ ਕਲਰ ਇਹ ਚ ਅਲੱਗ ਅਲੱਗ ਮਿਲ ਜਾਣਗੇ ਜੀ ਤੇ ਸੇਲ ਲੱਗ ਚੁੱਕੀ ਹੈ ਚੌੜੇ ਬਾਜ਼ਾਰ ਦੇ ਵਿੱਚ ਲੇਡੀਜ਼ ਪਰਸ ਜੀ ਨਹੋਲੀ ਕੁੜਤਾ ਆ ਗਿਆ ਜੀ ਦੇਖੋ ਜੀ ਹੈਲੋ ਦੋਸਤੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਾਡੇ ਚੈਨਲ ਹਰੀ ਸਿੰਘ ਵਲੌਗ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਦਾ ਹੱਸਦੇ ਰਹੋ ਤੇ ਸਦਾ ਵਸਦੇ ਰਹੋ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ ਸੋ ਦੋਸਤੋ ਅੱਜ ਆਪਾਂ ਸਪੈਸ਼ਲ ਗਰਮੀਆਂ ਦੀ ਵੀਡੀਓ ਲੈ ਕੇ ਆਏ ਹਾਂ ਗਰਮੀਆਂ ਦੇ ਕੱਪੜੇ ਤੁਹਾਨੂੰ ਦਿਖਾਉਣ ਵਾਸਤੇ ਪਹੁੰਚ ਚੁੱਕੇ ਹਾਂ ਜੀ ਚੌੜਾ ਬਾਜ਼ਾਰ ਲੁਧਿਆਣਾ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਬਾਜ਼ਾਰ ਖੁੱਲ੍ਹ ਚੁੱਕਾ ਹੈ ਸੰਡੇ ਮਾਰਕੀਟ ਐਤਵਾਰ ਆਪਾਂ ਮਾਰਕੀਟ ਐਕਸਪਲੋਰ ਕਰਾਂਗੇ ਇੱਕ ਵਾਰੀ ਫਿਰ ਤੋਂ ਸੁਣ ਲਓ ਜੀ ਚੌੜਾ ਬਾਜ਼ਾਰ ਲੁਧਿਆਣਾ ਘੰਟਾ ਘਰ ਮਾਰਕੀਟ ਵੀ ਬੋਲ ਦਿੰਦੇ ਇਹਨੂੰ ਜੀ ਅਤੇ ਆਪਾਂ ਜ਼ਿਆਦਾ ਗੱਲਾਂ ਨਹੀਂ ਕਰਦੇ ਜੇ ਤੁਸੀਂ ਸਾਡੇ ਕੋਲ ਆਪਣੀ ਵੀਡੀਓ ਬਣਵਾਉਣਾ ਚਾਹੁੰਦੇ ਹੋ ਪਰਸਨਲ ਤੁਹਾਡਾ ਕਿਸੇ ਵੀ ਤਰ੍ਹਾਂ ਦਾ ਕੋਈ ਬਿਜ਼ਨਸ ਹੈਗਾ ਜੀ ਸਾਡਾ ਨੰਬਰ ਉੱਪਰ ਚੱਲਿਆ ਤੁਸੀਂ ਸਾਡੇ ਕੋਲ ਕਾਲ ਕਰਕੇ ਵੀਡੀਓ ਬਣਵਾ ਸਕਦੇ ਹੋ ਜੀ ਸੋ ਆਪਾਂ ਹੁਣ ਡਾਇਰੈਕਟ ਤੁਹਾਨੂੰ ਦਿਖਾਉਂਦੇ ਹਾਂ ਹੁਣ ਵਰਾਇਟੀ ਲਓ ਜੀ ਦੋਸਤੋ ਆਪਾਂ ਵੀਡੀਓ ਕਰ ਦਿੱਤੀ ਹੋਈ ਆ ਸਟਾਰਟ 'ਤੇ ਆਪਾਂ ਪਹੁੰਚ ਚੁੱਕੇ ਹਾਂ ਦੇਖੋ ਸਰਦਾਰ ਜਵੈਲਰਸ ਦੇ ਬਿਲਕੁਲ ਥੱਲੇ ਜਿੱਥੇ ਤੁਹਾਨੂੰ ਮਿਲ ਜਾਣਗੀਆਂ ਬਿਲਕੁਲ ਨਵੀਆਂ ਸ਼ਰਟਾਂ ਆ ਗਈਆਂ ਮੁੰਡਿਆਂ ਵਾਸਤੇ ਆ ਦੇਖੋ ਜੀ ਫੁੱਲ ਸਲੀਵ ਸ਼ਰਟਾਂ ਪਿੱਛੇ ਡਿਸਪਲੇ ਲੱਗੀ ਹੋਈ ਹੈ ਸ਼ਰਟਾਂ ਦੇ ਅਲੱਗ ਅਲੱਗ ਰੰਗ ਅਲੱਗ ਅਲੱਗ ਡਿਜ਼ਾਈਨ ਲੱਗੇ ਹੋਏ ਆ ਸਤਿ ਸ਼੍ਰੀ ਅਕਾਲ ਭਾਅ ਜੀ ਕੀ ਹਾਲ ਚਾਲ ਜੀ ਭਾਈ ਕੀ ਰੇਟ ਰੱਖਿਆ ਜੀ ਐਤਕੀ 200 ਰੁਪਏ ਜੀ 200 ਰੁਪਏ ਚੱਕ ਕੇ ਦਿਖਾ ਦਿਓ ਇੱਕ ਫਿਰ ਲਓ ਜੀ 200 ਰੁਪਏ ਦੇ ਵਿੱਚ ਸ਼ਰਟਾਂ ਤੁਹਾਨੂੰ ਮਿਲਣਗੀਆਂ ਫੁੱਲ ਸਲੀਵ ਭਾਜੀ ਪਿਓਰ ਕਾਟਨ ਦਾ ਕੱਪੜਾ ਪਿਓਰ ਕਾਟਨ ਹੈ ਜੀ ਬਹੁਤ ਵਧੀਆ ਜੀ ਅਭੀ ਲੈ ਆ ਜੀ ਅੱਛਾ ਜੀ ਅਭੀ ਲੈ ਆ ਜੀ ਬਹੁਤ ਵਧੀਆ ਹਾਂ ਜੀ 150-150 ਰੁਪਏ ਮੈਂ ਤੇ ਇਸਟਾ ਬਹੁਤ ਵਧੀਆ ਤੇ 150 ਮੈਂ ਲਿਆ ਕੇ 200 ਮੈਂ ਹਰਿਆਣਾ ਸੇ ਆ ਜੀ ਅੱਛਾ ਟੀ ਸ਼ਰਟ 150 ਮੈਂ ਸ਼ਰਟ 200 ਮੈਂ ਬਿਲਕੁਲ ਹੈ ਜੀ ਹਰਿਆਣਾ ਸੇ ਆ ਜੀ ਬਹੁਤ ਵਧੀਆ ਹਰਿਆਣਾ ਸੇ ਆਇਆ ਸ਼ਾਪਿੰਗ ਕਰਨ ਲਈ ਚੜੋ ਕਿਵੇਂ ਲੱਗਾ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਲੱਗਾ ਨਾ ਸੋ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਸ਼ਰਟਾਂ ਦੇਖੋ ਜੀ ਅਲੱਗ ਅਲੱਗ ਡਿਜ਼ਾਈਨ ਦੇ ਵਿੱਚ ਤੁਸੀਂ ਲੈ ਕੇ ਜਾ ਸਕਦੇ ਹੋ ਆ ਦੇਖੋ ਜੀ ਸ਼ਰਟਾਂ ਦੇ ਅਲੱਗ ਅਲੱਗ ਡਿਜ਼ਾਈਨ ਤੁਹਾਨੂੰ ਮਿਲ ਜਾਏ ਰੇਟ ਲੱਗੂਗਾ ਤੁਹਾਨੂੰ 200 ਰੁਪਏ ਸਾਈਜ਼ ਸਾਰੇ MLXL ਸਾਈਜ਼ ਮਿਲ ਜੂਗਾ ਦੇਖੋ ਜੀ ਅਲੱਗ ਅਲੱਗ ਡਿਜ਼ਾਈਨ ਅਲੱਗ ਅਲੱਗ ਕਲਰ ਸਟਾਰਟਿੰਗ ਹੋ ਰਹੀ ਹੈ ਸਰਦਾਰ ਜਵੈਲਰਸ ਤੋਂ ਇੱਥੇ ਆਣ ਕੇ ਹਰ ਸੰਡੇ ਸ਼ਾਪਿੰਗ ਕਰ ਸਕਦੇ ਹੋ ਜੀ ਇੱਧਰ ਆ ਗਏ ਜੀ ਮੇਰੇ ਵੀਰ ਕੋਲ ਪਜਾਮੇ ਆ ਗਏ ਸਰ ਕੀ ਰੇਟ ਰੱਖਿਆ ਜੀ ਇਹਨਾਂ ਦਾ 150 ਰੁਪਏ ਜੀ ਵਾਹ ਜੀ ਵਾਹ ਦੇਖੋ ਜੀ 150 ਰੁਪਏ ਦੇ ਵਿੱਚ ਪਜਾਮੇ ਮੁੰਡਿਆਂ ਵਾਸਤੇ ਹੈ ਨਾ ਜੀ ਮੁੰਡਿਆਂ ਵਾਸਤੇ NS ਕੱਪੜਾ ਜੀ ਹਾਂਜੀ ਹਾਂਜੀ ਠੀਕ ਹੈ ਜੀ NS ਕੱਪੜਾ ਭਾਈ ਹੁਣੀ ਹਰ ਸੰਡੇ ਇੱਥੇ ਹੁੰਦੇ ਆ ਜੀ ਇਹਨਾਂ ਕੋਲ ਟੀ ਸ਼ਰਟਾਂ ਵੀ ਹੈਗੀਆਂ ਭਾਈ ਟੀ ਸ਼ਰਟਾਂ ਦਿਖਾਓ ਜੀ ਲਓ ਜੀ ਕਲਰ ਵਾਲੀਆਂ ਟੀ ਸ਼ਰਟਾਂ ਹੈਗੀਆਂ ਗਰਮੀਆਂ ਦੀ ਆਈਟਮ ਤੁਹਾਨੂੰ ਦਿਖਾ ਰਹੇ ਹਾਂ ਜੀ ਭਾਈ ਰੇਟ ਇਹ ਟੀ ਸ਼ਰਟਾਂ ਦਾ ਲਓ ਜੀ 150 ਰੁਪਏ ਦੇ ਵਿੱਚ ਟੀ ਸ਼ਰਟਾਂ ਅਲੱਗ ਅਲੱਗ ਰੰਗ ਗੋਲ ਗਲੇ ਦੇ ਵਿੱਚ ਵੀ ਲੈ ਕੇ ਜਾ ਸਕਦੇ ਹੋ ਜੀ ਹਾਫ ਸਲੀਵ ਟੀ ਸ਼ਰਟਾਂ ਦੇਖੋ ਜੀ ਵਾਈਟ ਪਸੰਦ ਆ ਵਾਈਟ ਲੈ ਕੇ ਜਾਓ ਫੁੱਲ ਸਲੀਵ ਵੀ ਹੈਗੀਆਂ ਜੀ 150 ਰੁਪਇਆ ਫੁੱਲ ਸਲੀਵ ਦਾ ਰੇਟ ਤੁਹਾਨੂੰ ਲੱਗੂਗਾ ਜੀ 150 ਰੁਪਇਆ ਇੱਧਰ ਹੋਰ ਵੀ ਸ਼ਰਟਾਂ ਹੈਗੀਆਂ ਭਾਈ ਹੁਣ ਇੱਧਰ ਹਰ ਐਤਵਾਰ ਇੱਥੇ ਹੁੰਦੇ ਆ ਜੀ ਸਰਦਾਰ ਜਵੈਲਰਸ ਦੇ ਥੱਲੇ ਇੱਥੋਂ ਆਣ ਕੇ ਤੁਸੀਂ ਸ਼ਾਪਿੰਗ ਕਰ ਸਕਦੇ ਹੋ ਜੀ ਲਓ ਜੀ ਆ ਦੇਖੋ ਸਰਦਾਰ ਜਵੈਲਰਸ ਦੇ ਬਿਲਕੁਲ ਨਾਲ ਭਾਜੀ ਹੁਣ ਕੋਲੋਂ ਲੌਂਗ ਕੈਪਰੀਆਂ ਨਿੱਕਰਾਂ ਬੋਲਦੀ ਇਹਨਾਂ ਨੂੰ ਹਾਂਜੀ ਨਿੱਕਰਾਂ ਮਿਲ ਜਾਣਗੀਆਂ ਮੁੰਡਿਆਂ ਵਾਸਤੇ ਆ ਦੇਖੋ ਜੀ ਨਿੱਕਰਾਂ ਆ ਗਈਆਂ ਬਹੁਤ ਹੀ ਸੋਹਣੇ ਸੋਹਣੇ ਰੰਗ ਨਿੱਕਰਾਂ ਦੇ ਵਿੱਚ ਅਲੱਗ ਅਲੱਗ ਰੰਗ ਤੁਸੀਂ ਲੈ ਕੇ ਜਾ ਸਕਦੇ ਹੋ 150 ਰੁਪਏ ਦੇ ਵਿੱਚ ਆ ਦੇਖੋ ਜੀ ਛੋਟੀਆਂ ਵੀ ਹੈਗੀਆਂ ਥੋੜ੍ਹੇ ਘੱਟ ਸਾਈਜ਼ ਦੀਆਂ ਵੀ ਹੈਗੀਆਂ ਜੀ ਲੌਂਗ ਵੀ ਹੈਗੀਆਂ ਨਿੱਕਰਾਂ ਦਾ ਰੇਟ ਹੈਗਾ ਜੀ 150 ਆ ਦੇਖੋ ਜੀ ਕੱਪੜਾ ਤੁਹਾਨੂੰ ਮਿਲ ਜੂਗਾ ਅਲੱਗ ਅਲੱਗ NS ਵੀ ਮਿਲ ਜੂਗਾ ਦੇਖੋ ਜੀ ਪਜਾਮੇ ਵੀ ਆ ਗਏ ਇੱਧਰ ਪਰ ਪਜਾਮੇ ਦੇ ਕੀ ਰੇਟ ਹੈ ਜੀ 150 ਜੀ ਲਓ ਜੀ ਪਜਾਮੇ ਵੀ ਤੁਹਾਨੂੰ ਅਲੱਗ ਅਲੱਗ ਡਿਜ਼ਾਈਨ ਦੇ ਵਿੱਚ ਅਲੱਗ ਅਲੱਗ ਕੱਪੜੇ ਦੇ ਵਿੱਚ ਮਿਲ ਜਾਣਗੇ 150-150 ਦੇ ਵਿੱਚ ਪਜਾਮੇ ਭਾਜੀ ਹੁਣੀ ਇੱਥੇ ਡੇਲੀ ਹੁੰਦੇ ਆ ਡੇਲੀ ਤੁਸੀਂ ਇਹਨਾਂ ਕੋਲ ਇੱਥੇ ਆਣ ਕੇ ਸ਼ਾਪਿੰਗ ਕਰ ਸਕਦੇ ਹੋ ਜੀ ਪਿੱਛੇ ਟੀ ਸ਼ਰਟਾਂ ਵੀ ਲੱਗੀਆਂ ਹੋਈਆਂ ਇੱਥੇ ਟੀ ਸ਼ਰਟਾਂ ਵੀ ਹੈਗੀਆਂ ਭਾਜੀ ਟੀ ਸ਼ਰਟਾਂ ਵੀ ਭਾਜੀ 150 ਰੁਪਇਆ ਜੀ ਹਾਂਜੀ ਟੀ ਸ਼ਰਟਾਂ ਵੀ 150 ਜੀ ਪਜਾਮਾ ਵੀ 150 ਜੀ ਪੈਂਟਾਂ ਆ ਗਈਆਂ ਜੀ ਪਾਰਟੀ ਵਾਰ ਪੈਂਟਾਂ ਦੇਖੋ ਜੀ ਆਫਿਸ ਵਾਸਤੇ ਵੀ ਲੈ ਕੇ ਜਾ ਸਕਦੇ ਪਾਰਟੀ ਵਾਰ ਵਿਆਹਾਂ ਸ਼ਾਦੀਆਂ ਵਾਸਤੇ ਵੀ ਤੁਸੀਂ ਲੈ ਕੇ ਜਾ ਸਕਦੇ ਕੀ ਰੇਟ ਰੱਖਿਆ ਜੀ
200 ਰੁਪਈਆ ਜੀ। 200 ਰੁਪਏ ਦੇ ਵਿੱਚ ਬਹੁਤ ਹੀ ਵਧੀਆ ਕੱਪੜੇ ਦੇ ਵਿੱਚ ਪੈਂਟਾਂ ਆ ਗਈਆਂ। ਦੇਖੋ ਜੀ ਕੋਟ ਪੈਂਟ ਵਾਲੀਆਂ ਪੈਂਟਾਂ ਲੱਗਦੀਆਂ ਮੈਨੂੰ ਬਹੁਤ ਹੀ ਵਧੀਆ ਸਾਈਜ਼ ਤੁਹਾਨੂੰ ਮਿਲ ਜਾਣਗੇ ਅਲੱਗ ਅਲੱਗ। ਪਾਰਟੀ ਵੇਅਰ ਪੈਂਟਾਂ ਆਫਿਸ ਵਿੱਚ ਤਾਂ ਆਫਿਸ ਵਿੱਚ ਪਾ ਕੇ ਜਾਣਾ ਚਾਹੋ ਵੀ ਪਾ ਸਕਦੇ ਤੁਸੀਂ। ਰੇਟ ਤੁਹਾਨੂੰ ਲੱਗੂਗਾ ਜੀ ਇਹਨਾਂ ਦਾ 200 ਰੁਪਇਆ। ਜਿਹੜੀ ਮਰਜ਼ੀ ਦੱਸੋ ਜੀ। ਹਾਂਜੀ ਜਿਹੜੀ ਦੇਖੋ ਜੀ ਜਿਹੜੀ ਮਰਜ਼ੀ ਲੈ ਕੇ ਜਾ ਸਕਦੇ ਦੋਸਤੋ। ਸਾਰਾ ਉਹਨਾਂ ਦੀ ਪਹਿਚਾਣ ਕਰ ਲਓ, ਇੱਥੋਂ ਤੁਸੀਂ ਆਣ ਕੇ ਸ਼ੋਪਿੰਗ ਕਰ ਸਕਦੇ ਹੋ ਜੀ। ਹਾਂਜੀ ਅੱਗੇ ਆ ਗਏ ਸ਼ਰਟਾਂ। ਸ਼ਰਟਾਂ ਦਾ ਕੀ ਰੇਟ ਰੱਖਿਆ ਜੀ? 150 ਰੁਪਏ। ਲਓ ਜੀ ਦਿਖਾਓ ਜੀ ਇੱਕ ਫੜ ਕੇ ਫਿਰ। ਲਓ ਜੀ ਆ ਦੇਖੋ ਭਾਈ ਉਹਨਾਂ ਕੋਲ ਸ਼ਰਟਾਂ ਆ ਗਈਆਂ, ਵਾਈਟ ਕਲਰ ਦੀਆਂ ਸ਼ਰਟਾਂ, ਕੋਟ ਪੈਂਟ ਥੱਲੇ ਪਾਓ ਜੀ, ਥੋੜੀ ਉੱਪਰ ਜਾ ਕੇ ਦਿਖਾਓ ਜੀ। ਆ ਦੇਖੋ ਜੀ ਫੁੱਲ ਸਲੀਵ ਵਾਈਟ ਸ਼ਰਟਾਂ, ਕੋਟ ਪੈਂਟ ਥੱਲੇ ਪਾਓ, ਸਕੂਲ ਵਾਸਤੇ ਪਾਓ, ਕਿਸੇ ਇੰਟਰਵਿਊ 'ਤੇ ਜਾਣਾ ਤਾਂ ਪਾਓ ਜੀ। ਜਿਹੜੀ ਮਰਜ਼ੀ ਲੈ ਜਾਓ ਜੀ ਵਾਈਟ ਸ਼ਰਟਾਂ, ਗਰਮੀਆਂ ਦੀ ਸਪੈਸ਼ਲ ਆਈਟਮ। 150 ਰੁਪਏ ਦੇ ਵਿੱਚ ਅਤੇ 28 ਵਾਲੀਆਂ ਲੈ ਕੇ ਜਾਣੀਆਂ ਚਾਹੋ ਵੀ ਲੈ ਕੇ ਜਾਓ 250 ਦੇ ਵਿੱਚ। ਭਾਈ ਉਹਨਾਂ ਕੋਲ ਇੱਥੇ ਸ਼ਰਟਾਂ ਤੁਹਾਨੂੰ ਮਿਲ ਜਾਣਗੀਆਂ, ਹਰ ਐਤਵਾਰ ਵਾਈਟ ਸ਼ਰਟਾਂ ਲੈ ਕੇ ਜਾ ਸਕਦੇ ਜੀ, ਬਹੁਤ ਹੀ ਵਧੀਆ। ਅੱਗੇ ਆ ਗਏ ਜੀ ਸ਼ੂਜ਼, ਗਰਗਾਬੀਆਂ ਮੁੰਡਿਆਂ ਵਾਸਤੇ, ਮੇਰੇ ਵੀਰਾਂ ਵਾਸਤੇ ਗਰਗਾਬੀਆਂ ਆ ਗਈਆਂ, ਬਹੁਤ ਹੀ ਸੋਹਣੀਆਂ ਸੋਹਣੀਆਂ। ਦੇਖੋ ਜੀ ਵਿਦਆਊਟ ਲੇਸਿਸ ਤੁਸੀਂ ਲੈ ਕੇ ਜਾ ਸਕਦੇ ਹੋ ਜੀ। ਸਾਈਜ਼ ਤੁਹਾਨੂੰ ਇੱਥੋਂ 10 ਨੰਬਰ ਤੱਕ ਸਾਈਜ਼ ਮਿਲ ਜੂਗਾ ਜੀ, 10 ਨੰਬਰ ਤੱਕ ਸਾਈਜ਼ ਮਿਲ ਜੂਗਾ ਜੀ। ਆ ਦੇਖੋ ਜੀ 6 ਤੋਂ ਲੈ ਕੇ 10 ਨੰਬਰ ਤੱਕ ਸੇਲ ਲੱਗ ਚੁੱਕੀ ਆ, ਬਹੁਤ ਹੀ ਸੋਹਣੀਆਂ ਸੋਹਣੀਆਂ ਨਵੀਆਂ ਜੁੱਤੀਆਂ ਲੇਡੀਜ਼ ਵਾਲੀਆਂ ਹੋਣਗੀਆਂ। ਸ਼ੋਰੂਮ ਦਾ ਮਾਲ ਬਾਹਰ ਸੇਲ 'ਚ ਲਾ ਦਿੱਤਾ ਗਿਆ। ਦੇਖੋ ਜੀ ਅਲੱਗ ਅਲੱਗ ਡਿਜ਼ਾਈਨ ਬਹੁਤ ਹੀ ਸੋਹਣੇ ਸੋਹਣੇ ਅੱਗੇ ਆ ਗਏ। ਸਪੋਰਟ ਸ਼ੂਜ਼ ਆ ਦੇਖੋ ਕਿੰਨੇ ਸੋਹਣੇ ਸੋਹਣੇ ਆ ਗਏ ਜੀ, ਜਿਹਨੂੰ ਹਾਈ ਨੈਕ ਪਸੰਦ ਆ ਦੇਖੋ ਜੀ ਛੋਟ ਦੇ ਕਿੱਦਾਂ ਸੇਲ ਲਗਾਤੀ ਹੈ ਜੀ। ਦੇਖੋ ਜੀ ਦੇਖੋ ਕਿੰਨੇ ਸੋਹਣੇ ਸੋਹਣੇ ਸ਼ੂਜ਼ ਆ ਗਏ ਮੁੰਡਿਆਂ ਵਾਸਤੇ, ਅਲੱਗ ਅਲੱਗ ਕਲਰ, ਅਲੱਗ ਅਲੱਗ ਡਿਜ਼ਾਈਨ। ਤੁਹਾਨੂੰ ਰੇਟ ਲੱਗੂਗਾ ਜੀ ਸਿਰਫ 500 ਰੁਪਈਆ। 500 ਦੇ ਵਿੱਚ ਜਿੰਨੇ ਮਰਜ਼ੀ ਤੁਸੀਂ ਸ਼ੂਜ਼ ਲਾ ਜਾਓ। 6 ਤੋਂ 10 ਨੰਬਰ ਤੱਕ ਸੇਲ ਲੱਗ ਚੁੱਕੀ ਹੈ ਜੀ। ਸੰਤ ਫੁੱਟਵੇਅਰ ਚੌੜਾ ਬਾਜ਼ਾਰ ਲੁਧਿਆਣਾ ਪਹੁੰਚੋ ਔਰ ਸ਼ੋਪਿੰਗ ਤੁਸੀਂ ਆਪਣਾ ਮਾਲ ਦੇਖ ਕੇ ਸ਼ੋਪਿੰਗ ਕਰ ਸਕਦੇ ਹੋ। ਚਲੋ ਜੀ ਇੱਧਰ ਆ ਗਈਆਂ ਲੇਡੀਜ਼ ਜੁੱਤੀਆਂ ਜੀ, ਲੇਡੀਜ਼ ਚੱਪਲਾਂ, ਲੇਡੀਜ਼ ਸੈਂਡਲ ਵੀ ਤੁਸੀਂ ਲੈ ਕੇ ਜਾ ਸਕਦੇ, ਬਹੁਤ ਹੀ ਸੋਹਣੀਆਂ ਸੋਹਣੀਆਂ ਲੇਡੀਜ਼ ਸੈਂਡਲ ਆ ਗਈ ਹੈ। ਦੇਖੋ ਜੀ ਢੇਰ ਲਾਤਾ ਇੱਥੇ 200 ਰੁਪਏ ਦੇ ਵਿੱਚ ਜੀ, 200 ਰੁਪਏ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਜੀ? ਹਾਂਜੀ ਇਹਨਾਂ ਦਾ ਰੇਟ ਕੀ ਰੱਖਿਆ ਜੀ? 200 ਰੁਪਏ। ਲਓ ਜੀ ਆ ਦੇਖੋ ਜੀ 200 ਰੁਪਏ ਦੇ ਵਿੱਚ ਬੈਲੀਆਂ ਕਿੰਨੀਆਂ ਸੋਹਣੀਆਂ ਸੋਹਣੀਆਂ ਜੀ। ਸੰਤ ਫੁੱਟਵੇਅਰ ਚੌੜਾ ਬਾਜ਼ਾਰ ਲੁਧਿਆਣਾ, ਹਰ ਐਤਵਾਰ ਇੱਥੇ ਤੁਸੀਂ ਆਣ ਕੇ ਸ਼ੋਪਿੰਗ ਕਰ ਸਕਦੇ ਹੋ ਜੀ। ਸ਼ੋਪ ਡੇਲੀ ਖੁੱਲ੍ਹੀ ਹੁੰਦੀ ਹੈ, ਸ਼ੋਪ 'ਤੇ ਜਦੋਂ ਮਰਜ਼ੀ ਤੁਸੀਂ ਵਿਜ਼ਿਟ ਕਰ ਸਕਦੇ ਹੋ। ਦੇਖੋ ਜੀ ਬਾਹਰ ਅੰਦਰ ਸਾਹਮਣੇ ਸ਼ੋਰੂਮ ਹੈਗਾ, ਸ਼ੋਰੂਮ ਦਾ ਮਾਲ ਲਾਤਾ ਜੀ ਬਾਹਰ ਸੇਲ ਦੇ ਵਿੱਚ। NS ਕੱਪੜੇ ਦੇ ਵਿੱਚ ਪਜਾਮੇ ਆ ਗਏ ਖੁੱਲ੍ਹੇ ਡੁੱਲੇ, ਬਹੁਤ ਹੀ ਵਧੀਆ ਪਜਾਮੇ ਦੇਖ ਸਕਦੇ ਤੁਸੀਂ, ਮੁੰਡਿਆਂ ਵਾਸਤੇ ਪਜਾਮੇ ਲੈ ਕੇ ਜਾ ਸਕਦੇ। ਰੇਟ ਤੁਹਾਨੂੰ ਲੱਗੂਗਾ ਜੀ ਇਹਨਾਂ ਦਾ 200 ਰੁਪਈਆ। ਰੰਗ ਤੁਸੀਂ ਦੇਖੋ ਜੀ ਅਲੱਗ ਅਲੱਗ ਮਿਲ ਜਾਣਗੇ ਜੀ, ਸਾਈਜ਼ ਖੁੱਲ੍ਹੇ ਡੁੱਲੇ ਤੁਹਾਨੂੰ ਮਿਲ ਜਾਣਗੇ। ਭਾਈ ਉਹਨਾਂ ਕੋਲ ਇੱਥੇ ਆਣ ਕੇ ਸ਼ੋਪਿੰਗ ਕਰ ਸਕਦੇ, ਹਰ ਐਤਵਾਰ ਖੁੱਲ੍ਹੇ ਡੁੱਲੇ ਪਜਾਮੇ ਤੁਸੀਂ ਲੈ ਕੇ ਜਾ ਸਕਦੇ ਹੋ ਮੁੰਡਿਆਂ ਵਾਸਤੇ। ਲਓ ਜੀ ਪਲਾਜੋ ਸੂਟ ਵੀ ਆ ਗਿਆ ਇੱਧਰ, ਫਰੋਕ ਸੂਟ ਤੁਸੀਂ ਦੇਖ ਸਕਦੇ ਹੋ। ਲਓ ਜੀ ਕੁੜੀਆਂ ਵਾਸਤੇ ਸਪੈਸ਼ਲੀ ਗਰਮੀਆਂ ਦੇ ਵਿੱਚ ਪਾਉਣ ਵਾਲੇ ਆਈਟਮ, ਨਾਲ ਇਹਦੇ ਪਜਾਮਾ ਮਿਲੂਗਾ ਜੀ। ਹਾਂਜੀ ਆ ਦੇਖੋ ਜੀ ਨਾਲ ਪਜਾਮਾ। ਰੇਟ ਸਰ ਕੀ ਰੱਖਿਆ ਜੀ? 350 ਰੁਪਏ। 350 ਰੁਪਏ ਦੇ ਵਿੱਚ ਪਲਾਜੋ ਸੂਟ ਤੁਸੀਂ ਲੈ ਕੇ ਜਾ ਸਕਦੇ ਹੋ ਜੀ। ਅਲੱਗ ਅਲੱਗ ਡਿਜ਼ਾਈਨ, ਅਲੱਗ ਅਲੱਗ ਕਲਰ, ਸਾਰਾ ਉਹਨਾਂ ਕੋਲ ਚੌੜਾ ਬਾਜ਼ਾਰ ਆਣ ਕੇ। ਆਹ ਦੇਖੋ ਜੀ ਜੀਨ ਦੀਆਂ ਪੈਂਟਾਂ ਆ ਗਈਆਂ ਮੁੰਡਿਆਂ ਵਾਸਤੇ, 400 ਰੁਪਏ ਦੇ ਵਿੱਚ। ਰੰਗ ਰੁੰਗ ਦੀ ਗਰੰਟੀ ਹੁੰਦੀ ਜੀ ਪੂਰੀ? ਗਰੰਟੀ ਦੇਖੋ, ਰੰਗ ਦੀ ਪੂਰੀ ਗਰੰਟੀ ਹੈ, ਰੰਗ ਨਹੀਂ ਜਾਊਗਾ ਜੀ। ਅਲੱਗ ਅਲੱਗ ਡਿਜ਼ਾਈਨ, ਅਲੱਗ ਅਲੱਗ ਕਲਰ ਮਿਲ ਜੂਗਾ ਸਰ। ਸਾਈਜ਼ ਕਿਹੜੇ ਕਿਹੜੇ ਮਿਲ ਜਾਣਗੇ ਜੀ? 30-32 ਤੋਂ ਲੈ ਕੇ 32 ਤੱਕ ਰਹਿਣਾ ਜੀ। ਠੀਕ ਹੈ ਜੀ, 400 ਰੁਪਏ ਦੇ ਵਿੱਚ ਅਲੱਗ ਅਲੱਗ ਜੀਨ ਦੀਆਂ ਪੈਂਟਾਂ ਲੈ ਕੇ ਜਾ ਸਕਦੇ ਮੇਰੇ ਵੀਰਾ। ਦੇਖੋ ਜੀ ਇੱਥੇ ਆਣ ਕੇ ਸ਼ੋਪਿੰਗ ਕਰ ਸਕਦੇ, ਚੌੜਾ ਬਾਜ਼ਾਰ ਇੱਧਰੋਂ ਸ਼ੁਰੂ ਹੁੰਦਾ ਜੀ। ਅਲੱਗ ਅਲੱਗ ਤੁਹਾਨੂੰ ਵਰਾਇਟੀਆਂ ਆਪਾਂ ਦਿਖਾ ਰਹੇ ਹਾਂ ਜੀ, ਅੱਗੇ ਚੱਲਦੇ ਹਾਂ ਫਿਰ ਆਪਾਂ ਹੁਣ। ਲਓ ਜੀ ਲੱਗ ਗਈ ਸੇਲ ਜੀ, ਕਟਰਾਜ ਦੀਆਂ ਪੈਂਟਾਂ ਆ ਗਈਆਂ ਜੀ, ਕੋਟਨ ਦੀਆਂ। ਆ ਦੇਖੋ ਜੀ ਨਵਾਂ ਮਾਲ ਖੋਲ ਰਿਹਾ ਤੁਹਾਡੇ ਸਾਹਮਣੇ। ਵਾਹ ਜੀ ਵਾਹ। ਹਾਂਜੀ ਸਟੈਚੇਬਲ ਹੈ ਜੀ? ਠੀਕ ਹੈ ਜੀ। ਦੇਖੋ ਜੀ ਦੇਖੋ ਪਿਓਰ ਕੋਟਨ ਦੀਆਂ ਪੈਂਟਾਂ, ਪੈਕਿੰਗ ਖੋਲ ਰਹੀ ਤੁਹਾਡੇ ਸਾਹਮਣੇ, ਪੈਕਿੰਗ ਹੈਗੀ। ਹਾਂ ਇਦਾਂ ਪੈਕਿੰਗ ਹੋਈ ਹੈ। ਲਓ ਜੀ ਲਓ ਦੇਖੋ ਸੈੱਟ ਵਾਈਜ਼ ਸੈੱਟ ਆਣਗੇ। ਰੇਟ ਵੀ ਕੀ ਲੱਗੂਗਾ? 400 ਬਾਈ 400। 400 ਰੁਪਈਆ ਜੀ। ਠੀਕ ਹੈ ਜੀ। ਕਲਰ ਦੇਖੋ ਜੀ ਪੂਰਾ ਸੈੱਟ ਲੈਣਾ ਚਾਹੋ, ਪੂਰਾ ਸੈੱਟ ਵੀ ਲੈ ਕੇ ਜਾ ਸਕਦੇ।
ਦੇ ਮੁੰਡੇ ਕਲਰ ਤੁਹਾਨੂੰ ਮਿਲ ਜਾਣਗੇ ਚੱਲ ਅਲੱਗ ਅਲੱਗ ਰੇਟ ਤੁਹਾਨੂੰ ਲੱਗੂਗਾ ਜੀ ਸਿਰਫ 400 ਰੁਪਏ ਇੱਕ ਕਲਰ ਵੀ ਤੁਹਾਨੂੰ ਸੈੱਟ ਮਿਲ ਸਕਦਾ ਅਲੱਗ ਅਲੱਗ ਮਿਲ ਸਕਦਾ ਰੇਟ ਤੁਹਾਨੂੰ ਲੱਗੂਗਾ 400 ਰੁਪਏ ਔਰ ਸਰ ਸਾਈਜ਼ ਸਾਰੇ 28 ਤੋਂ ਲੈ ਕੇ 36 ਠੀਕ ਹੈ ਜੀ ਸ਼ਾਪ ਦਾ ਨਾਮ ਨਾਦ ਗਾਰਮੈਂਟਸ ਨਾਦ ਗਾਰਮੈਂਟ ਹੈ ਨਾ ਜੇ ਦੇਖੋ ਜੀ ਬਾਹਰ ਸ਼ਰਟਾਂ ਵੀ ਤੁਹਾਨੂੰ ਦਿਖਾ ਦਈਏ ਦੋਸਤੋ ਡਿਸਪਲੇ ਦੇ ਵਿੱਚ ਸ਼ਰਟਾਂ ਵੀ ਲੱਗੀਆਂ ਹੋਈਆਂ ਪੈਂਟਾਂ ਦਾ ਬਹੁਤ ਢੇਰ ਲੱਗਾ ਪਿਆ ਇੱਧਰ ਸੇਲ ਦੇ ਵਿੱਚ ਲਾਤੇ ਜੀ ਪਿਓਰ ਕਾਟਨ ਦੀਆਂ ਪੈਂਟਾਂ ਸਿਰਫ ਰੇਟ ਤੁਹਾਨੂੰ ਲੱਗੂਗਾ ਜੀ 400 ਰੁਪਏ ਨਾਦ ਗਾਰਮੈਂਟਸ ਆ ਦੇਖੋ ਜੀ ਆਪਾਂ ਤੁਹਾਨੂੰ ਬੋਰਡ ਵੀ ਦਿਖਾ ਦਿੰਦੇ ਉੱਪਰੋਂ ਜੀ ਆਹ ਦੇਖੋ ਜੀ ਇੰਡੀਅਨ ਆਰਮੀ ਸਟੋਰ ਦੇ ਬਿਲਕੁਲ ਨਾਲ ਹੀ ਤੁਹਾਨੂੰ ਮਿਲ ਜਾਣਗੇ ਇੱਥੋਂ ਪੈਂਟਾਂ 200 ਰੁਪਏ ਜੀ 200 ਰੁਪਏ ਸ਼ਰਟਾਂ 200 ਰੁਪਏ 200 ਰੁਪਏ 200 ਰੁਪਏ ਹਾਂਜੀ ਆਹ ਦੇਖੋ ਜੀ ਕਾਟਨ ਸ਼ਰਟਾਂ 200 ਰੁਪਏ ਹਾਂਜੀ ਕਾਟਨ ਸ਼ਰਟਾਂ 200 ਰੁਪਏ ਦੇ ਵਿੱਚ ਕਿੰਨੇ ਸ਼ਰਟਾਂ ਬਹੁਤ ਵਧੀਆ ਬਹੁਤ ਸਰ ਇੱਕ ਦੋ ਪੀਸ ਚੱਕ ਕੇ ਦਿਖਾਓਗੇ ਤੁਹਾਨੂੰ ਲਓ ਜੀ ਦੇਖੋ ਜੀ ਦੇਖੋ ਮੁੰਡਿਆਂ ਵਾਸਤੇ ਸ਼ਰਟਾਂ ਆ ਗਈਆਂ ਜੀ 200 ਰੁਪਏ ਦੇ ਵਿੱਚ ਔਰ ਸਰ ਸਾਈਜ਼ LXL XXL ਸਭ ਸਾਈਜ਼ ਮਿਲੂਗਾ LXL XXL ਸਾਈਜ਼ ਮਿਲੂਗਾ ਜੀ ਲਾਈਨਾਂ ਵਾਲੀਆਂ ਲੈਣੀਆਂ ਚਾਹੋ ਲਾਈਨਾਂ ਵਾਲੀ ਵੀ ਲੈ ਕੇ ਜਾ ਸਕਦੇ ਚੈੱਕ ਦੇ ਵਿੱਚ ਲੈ ਕੇ ਜਾ ਸਕਦੇ ਛੋਟੇ ਚੈੱਕ ਵੀ ਮਿਲ ਜਾਣਗੇ ਉੱਥੇ ਤੱਕ ਢੇਰ ਲੱਗਾ ਪਿਆ ਦੇਖੋ ਜੀ ਕਿੰਨੀ ਸੋਹਣੀ ਡਿਸਪਲੇ ਕੀਤੀ ਹੋਈ ਰੇਟ ਤੁਹਾਨੂੰ ਲੱਗੂਗਾ ਜੀ ਇਹਨਾਂ ਦਾ 200 ਰੁਪਏ ਇੱਥੇ ਆਣ ਕੇ ਸ਼ੋਪਿੰਗ ਤੁਸੀਂ ਕਰ ਸਕਦੇ ਹੋ ਆਪਾਂ ਪਹੁੰਚ ਚੁੱਕੇ ਹਾਂ ਸ਼ਰਦ ਸ਼ੂਜ਼ ਸਟੋਰ ਚੌੜਾ ਬਾਜ਼ਾਰ ਲੁਧਿਆਣਾ ਤੁਸੀਂ ਦੇਖ ਸਕਦੇ ਬਾਹਰ ਬੋਰਡ ਇੱਥੇ ਤੁਹਾਨੂੰ ਮਿਲ ਜਾਣਗੇ ਜੀ ਪੰਜਾਬੀ ਜੁੱਤੀਆਂ ਕੁੜੀਆਂ ਵਾਸਤੇ ਆ ਦੇਖੋ ਜੀ ਮੋਜੇ ਵੀ ਮਿਲ ਜਾਣਗੇ ਤੁਹਾਨੂੰ ਜੁੱਤੇ ਵੀ ਮਿਲ ਜਾਣਗੇ ਸੈਂਡਲ ਮਿਲ ਗਏ ਬਹੁਤ ਸੋਹਣੇ ਸੋਹਣੇ ਰੇਟ ਤੁਹਾਨੂੰ ਲੱਗੂਗਾ ਭਾਅ ਜੀ ਕਿੰਨਾ ਜੀ 200 ਰੁਪਏ ਦੇ ਵਿੱਚੋਂ ਆ ਦੇਖੋ ਜੀ ਬਹੁਤ ਹੀ ਸੋਹਣੀਆਂ ਸੋਹਣੀਆਂ ਬੈਲੀਆਂ ਵੀ ਹੈਗੀਆਂ ਜੀ ਆਹ ਤੁਹਾਨੂੰ ਲੱਗੂਗੀ ਜੀ 300 ਰੁਪਏ ਦੇ ਵਿੱਚ ਅਲੱਗ ਅਲੱਗ ਕਲਰ ਅਲੱਗ ਅਲੱਗ ਡਿਜ਼ਾਈਨ ਤੁਹਾਨੂੰ ਮਿਲ ਜੂਗਾ ਜੀ ਸ਼ਰਦ ਸ਼ੂਜ਼ ਸਟੋਰ ਚੌੜਾ ਬਾਜ਼ਾਰ ਲੁਧਿਆਣਾ ਡਿਸਪਲੇ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਰੇਟ ਸਟਾਰਟ ਹੋ ਰਿਹਾ ਜੀ 200 ਕਿਸੇ ਦਾ 300 ਭਾਅ ਜੀ ਮੋਜਿਆਂ ਦਾ ਕਿੱਥੋਂ ਸਟਾਰਟ ਹੋ ਰਿਹਾ ਜੀ 200 ਰੁਪਏ ਤੋਂ ਜੀ ਅੱਛਾ ਜੀ ਮੋਜੇ ਸਟਾਰਟ ਹੋ ਰਹੇ ਜੀ 200 ਰੁਪਏ ਵਾਲੇ ਮੋਜੇ ਲੱਗੇ ਬਾਹਰ ਕੋਈ ਜੀ ਹਾਂਜੀ 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 ਦਿਖਾ ਦਿਓ ਸਰ ਜੀ 200 ਰੁਪਏ ਦੇ ਵਿੱਚ ਮੋਜੇ ਵੀ ਹੈਗੇ ਆ ਦੇਖੋ ਜੀ ਮੇਰੀਆਂ ਭੈਣਾਂ ਵਾਸਤੇ 200 ਰੁਪਏ ਦੇ ਵਿੱਚ ਆਹ ਲਾਈਨ ਲੱਗੀ ਹੋਈ ਮੋਜਿਆਂ ਦੀ ਅਤੇ ਸਰ ਉੱਪਰ ਵਾਲੇ ਜੀ 650 ਰੁਪਏ ਦੇ ਵਿੱਚ ਠੀਕ ਹੈ ਜਾਂ ਦੇਖੋ ਜੀ ਇੱਧਰ ਹੋਰ ਵੀ ਵਰਾਇਟੀਆਂ ਬਹੁਤ ਮਿਲ ਜਾਣਗੀਆਂ ਲੇਡੀਜ਼ ਵਾਸਤੇ ਸਪੈਸ਼ਲੀ ਤੁਸੀਂ ਇੱਥੋਂ ਆਣ ਕੇ ਸ਼ੋਪਿੰਗ ਕਰ ਸਕਦੇ ਹੁਣ ਆਪਾਂ ਤੁਹਾਨੂੰ ਦਿਖਾਵਾਂਗੇ ਜੀ ਲੇਡੀਜ਼ ਪੰਜਾਬੀ ਸੂਟ ਬਹੁਤ ਹੀ ਸੋਹਣੇ ਸੋਹਣੇ ਜਾਮ ਕਾਟਨ ਦੇ ਵਿੱਚ ਪਹਿਲੀ ਭਾਅ ਜੀ ਪਹਿਲਾਂ ਸ਼ੋਪ ਦਾ ਨਾਮ ਬੋਲੋ ਜੀ ਸ਼ਿਵ ਸ਼ੰਕਰ ਕਲੈਕਸ਼ਨ ਚੌੜਾ ਬਾਜ਼ਾਰ ਹਾਂਜੀ ਸ਼ਿਵ ਸ਼ੰਕਰ ਕਲੈਕਸ਼ਨ ਚੌੜਾ ਬਾਜ਼ਾਰ ਲੁਧਿਆਣਾ ਜੀ ਹਾਂਜੀ ਭਾਅ ਜੀ ਰੇਟ ਦੱਸੋ ਜੀ ਮਾਰਕੀਟ 'ਚ ਤੁਹਾਨੂੰ 850 950 ਦਾ ਮਿਲੇਗਾ ਸਿਰਫ ਸਾਡੇ ਕੋਲ ਮਿਲੇਗਾ 350 ਰੁਪਏ ਦਾ 350 ਰੁਪਏ ਦਾ ਭਾਅ ਜੀ ਵਿਦ ਦੁਪੱਟਾ ਹੈ ਨਾ ਜੀ ਵਿਦ ਦੁਪੱਟਾ ਠੀਕ ਹੈ ਜੀ ਸਲਵਾਰ ਸੂਟ ਪੂਰਾ ਠੀਕ ਹੈ ਜੀ ਠੀਕ ਹੈ ਬੋਟਮ ਭਾਅ ਜੀ ਪਲੇਨ ਹੁੰਦੀ ਹੈ ਨਾ ਜੀ ਹਾਂਜੀ ਮਸਲੀਨ ਕਾਟਨ ਦੇ ਵਿੱਚ ਆਲ ਓਵਰ ਪਿਓਰ ਮਸਲੀਨ ਦਾ ਸੂਟ ਫੁੱਲ ਪਿਓਰ ਦਾ ਦੁਪੱਟਾ ਠੀਕ ਹੈ ਜੀ 350 ਰੁਪਏ ਦਾ ਸਿਰਫ 350 ਰੁਪਏ ਦਾ ਹੈ ਨਾ ਜੀ ਹਾਂਜੀ 350 ਰੁਪਏ ਦਾ ਭਾਅ ਜੀ ਹੋਰ ਵੈਰਾਈਟੀ ਇਸ ਤੋਂ ਉੱਪਰ ਜੀ ਹੋਰ ਆ ਦੇਖੋ ਜੀ ਜਿੱਦਾਂ ਲੱਗੇ ਹੋਏ ਆ ਸਾਰੇ ਮਾਰਕੀਟ 'ਚ ਤੁਹਾਨੂੰ ਪਿਓਰ ਦੇ ਸੂਟ ਮਿਲਣਗੇ 3500-4000 ਰੁਪਏ ਦੇ ਅੱਛਾ ਜੀ ਸਾਡੇ ਕੋਲ ਕੋਈ ਵੀ ਲੈ ਲਓ 1250 ਰੁਪਏ ਦੀ ਰੇਟ 'ਚ ਜਿਹੜਾ ਮਰਜ਼ੀ ਲਵਾ ਲਓ ਭਾਅ ਜੀ ਆਹ ਜਿਹੜਾ ਡਿਸਪਲੇ ਲੱਗਿਆ ਹੋਇਆ 1250 ਰੁਪਏ ਹੈ ਨਾ ਜੀ ਸਾਰੇ ਪਾਰਟੀ ਵੇਅਰ ਫੈਂਸੀ ਸੂਟ ਹੈ ਨਾ ਜੀ ਹਾਂ ਠੀਕ ਹੈ ਜੀ ਦੋਸਤੋ ਤੁਸੀਂ ਦੇਖ ਸਕਦੇ ਹੋ 1250 ਰੁਪਏ ਦੇ ਵਿੱਚ ਜਿਹੜਾ ਮਰਜ਼ੀ ਲੈ ਕੇ ਜਾ ਸਕਦੇ ਵਿਦ ਦੁਪੱਟਾ ਅਤੇ ਇੱਥੇ ਹੋਰ ਵੀ ਬਹੁਤ ਜ਼ਿਆਦਾ ਤੁਹਾਨੂੰ ਕਲੈਕਸ਼ਨ ਮਿਲ ਜੂਗਾ ਜੀ ਸ਼ਿਵ ਸ਼ੰਕਰ ਕਲੈਕਸ਼ਨ ਚੌੜਾ ਬਾਜ਼ਾਰ ਲੁਧਿਆਣਾ ਔਰ ਭਾਅ ਜੀ ਆਹ ਵਾਲੇ ਲੱਗੇ ਹੋਏ ਇੱਧਰ ਜੀ ਇਹ ਸਾਰੇ ਤੁਹਾਨੂੰ ਮਿਲਣਗੇ ਸਿਰਫ 850 ਰੁਪਏ ਦੇ ਰੇਟ 'ਚ ਜਿਹੜਾ ਮਰਜ਼ੀ ਹੈ ਜੀ ਆਹ ਦੇਖੋ ਜੀ 850 ਰੁਪਏ ਦੇ ਡਿਸਪਲੇ ਦੇ ਵਿੱਚ ਲੱਗੇ ਹੋਏ ਆ ਰੇਟ ਤੁਹਾਨੂੰ ਲੱਗੂ ਇਹਨਾਂ ਦਾ 850 ਰੁਪਏ ਵਿਦ ਦੁਪੱਟਾ ਔਰ ਭਾਅ ਜੀ ਆਪਣਾ ਕਾਰਡ ਦੇ ਦਿਓ ਜੀ ਆਹ ਦੇਖੋ ਜੀ ਉੱਪਰ ਵੀ 850-950 ਵਾਲੇ ਠੀਕ ਹੈ ਜੀ ਆਹ ਦੇਖੋ ਜੀ 350 ਦੇ ਵਿੱਚ ਉੱਪਰ ਵਾਲੇ ਡਿਸਪਲੇ ਵਿੱਚ ਲੱਗੀ ਹੋਈ ਹੈ ਜੀ ਰੇਟ ਤੁਹਾਨੂੰ ਦਿਖਾ ਦਿੱਤੇ ਆ ਜੀ ਆਹ ਦੇਖੋ ਜੀ ਕਾਰਡ ਭਾਅ ਜੀ ਉਹਨਾਂ ਦਾ ਆਪਾਂ ਪ੍ਰੋਪਰ ਮੈਂਸ਼ਨ ਕਰ ਦਾਂਗੇ ਚੌੜਾ ਬਾਜ਼ਾਰ ਲੁਧਿਆਣਾ ਤੁਸੀਂ ਡੇਲੀ ਆਣ ਕੇ ਸ਼ੋਪਿੰਗ ਕਰ ਸਕਦੇ ਹੋ ਜੇ ਆ ਗਏ ਜੀ ਹੋਰ ਵਧੀਆ ਪਜਾਮੇ ਪਜਾਮਿਆਂ ਦੀ ਵੈਰਾਈਟੀ ਤੁਹਾਨੂੰ ਗਰਮੀ ਦੇ ਵਿੱਚ ਬਹੁਤ ਜ਼ਿਆਦਾ ਮਿਲਣ ਵਾਲੀ ਹੈ ਜੀ ਹਰ ਇੱਕ ਕੱਪੜੇ ਦਾ ਰੇਟ ਅਲੱਗ ਅਲੱਗ ਹੁੰਦਾ ਕਿਉਂਕਿ ਕੁਆਲਿਟੀ ਦੇ ਹਿਸਾਬ ਨਾਲ ਰੇਟ ਅਲੱਗ ਅਲੱਗ ਹੁੰਦਾ ਭਾਅ ਜੀ ਦਿਖਾ ਦਿਓ ਇੱਕ ਦੋ ਪੀਸ ਚੱਕ ਕੇ ਜੀ ਆਹ ਦੇਖੋ ਜੀ
ਬਹੁਤ ਹੀ ਵਧੀਆ ਖੁੱਲੇ ਡੁੱਲੇ ਪਜਾਮੇ ਆ ਗਏ ਜੀ ਮੁੰਡਿਆਂ ਵਾਸਤੇ, ਗਰਮੀਆਂ ਦੀ ਆਈਟਮ। ਰੇਟ ਭਾਅ ਜੀ ਇਹਨਾਂ ਦਾ 250 ਰੁਪਇਆ। ਦੇਖੋ ਜੀ ਉੱਪਰ ਡਿਸਪਲੇ ਵੀ ਲੱਗੀ ਹੋਈ ਆ ਜੀ, ਭਾਈ ਹੁਣ ਕੋਲ ਇੱਥੇ ਆਣ ਕੇ ਸ਼ੋਪਿੰਗ ਕਰ ਸਕਦੇ ਆ। ਦੇਖੋ ਜੀ ਅਲੱਗ ਅਲੱਗ ਡਿਜ਼ਾਈਨ, ਅਲੱਗ ਅਲੱਗ ਕਲਰ ਤੁਹਾਨੂੰ ਮਿਲ ਜਾਣਗੇ। ਦੇਖੋ ਜਿੱਦਾਂ ਦੇ ਮੇਰੇ ਵੀਰਾਂ ਨੂੰ ਪਸੰਦ ਆ ਲੈ ਕੇ ਜਾ ਸਕਦੇ ਹੋ ਭਾਈ ਹੁਣ ਕੋਲੋਂ 250 ਰੁਪਏ ਦੇ ਵਿੱਚ ਪਜਾਮੇ ਆ ਗਏ। ਤੁਹਾਨੂੰ ਹੋਰ ਵੀ ਸ਼ਰਟਾਂ ਮਿਲ ਜਾਣਗੀਆਂ ਇੱਥੇ ਚੌੜੇ ਬਾਜ਼ਾਰ ਦੇ ਵਿੱਚ ਜੀ। ਬੱਚਿਆਂ ਦੇ ਕੱਪੜੇ ਆ ਦੇਖੋ ਜੀ, ਕੋਟਨ ਦੇ ਕੱਪੜੇ ਗਰਮੀਆਂ ਦੇ ਵਿੱਚ ਪਾਉਣ ਨੂੰ, ਸੇਲ ਲੱਗੀ ਹੋਈ ਇੱਥੇ 100-100 ਰੁਪਏ ਜੀ। 100-100 ਰੁਪਏ ਦੇ ਵਿੱਚ ਸੇਲ ਲੱਗ ਗਈ ਜੀ। ਬਹੁਤ ਹੀ ਸੋਹਣੇ ਸੋਹਣੇ ਆ ਗਏ ਜੀ, ਮੁਲਾਇਮ ਕੱਪੜੇ ਹੁੰਦੇ ਕੂਲੇ, ਗਰਮੀਆਂ ਦੇ ਵਿੱਚ ਪਾਉਣ ਨੂੰ ਬੱਚਿਆਂ ਦੇ ਵਿੱਚ ਲੈ ਬੱਚਿਆਂ ਵਾਸਤੇ ਲੈ ਕੇ ਜਾ ਸਕਦੇ ਹੋ। ਕਲਰ ਤੁਹਾਨੂੰ ਮਿਲ ਜਾਣਗੇ ਅਲੱਗ ਅਲੱਗ, ਰੇਟ ਤੁਹਾਨੂੰ ਲੱਗੂਗਾ ਜੀ 100 ਰੁਪਇਆ। ਸਾਈਜ਼ ਤੁਹਾਨੂੰ ਮਿਲ ਜਾਣਗੇ 2 ਸਾਲ ਦੇ ਬੱਚਿਆਂ ਦੇ ਕੱਪੜੇ, ਤੁਸੀਂ ਇੱਥੋਂ ਲੈ ਕੇ ਜਾ ਸਕਦੇ। ਭਾਈ ਉਹਨਾਂ ਦੇ ਪਜਾਮੇ ਜਿੱਥੋਂ ਮਿਲਦੇ ਆ ਜੀ ਉਹਨਾਂ ਦੇ ਬਿਲਕੁਲ ਨਾਲ ਹੀ, ਉਹ ਅੰਕਲ ਹੁਣੀ ਆ ਗਏ ਅੰਦਰ ਜੀ। ਅੰਕਲ ਹੁਣੀ ਆ ਗਏ, ਅੰਕਲ ਉਹਨੇ ਤੁਹਾਡੀ ਘੜੀਆਂ ਦੀ ਸ਼ੋਪ ਵੀ ਹੈਗੀ ਹੈ ਜੀ ਅੰਦਰ। ਅੱਛਾ ਵੈਸੇ ਹੀ ਉਹ ਆਹ ਦੇਖੋ ਜੀ ਅੰਕਲ, ਹਰ ਡੇਲੀ ਹੁੰਦੇ ਤੁਸੀਂ ਇੱਥੇ ਜੀ? ਆਹ ਦੇਖੋ ਡੇਲੀ ਉੱਥੇ ਹੁੰਦੇ ਅੰਕਲ ਹੁੰਦੇ ਆ ਜੀ। ਰੇਟ ਤੁਹਾਨੂੰ ਦੱਸਤਾ ਜੀ 100 ਰੁਪਇਆ। 2 ਸਾਲ ਦੇ ਬੱਚਿਆਂ ਦੇ ਪਿਓਰ ਕੋਟਨ ਦੇ ਕੱਪੜੇ ਤੁਸੀਂ ਲੈ ਕੇ ਜਾ ਸਕਦੇ ਹੋ ਜੀ। ਜੀ ਟੀ ਸ਼ਰਟਾਂ ਆ ਗਈਆਂ ਜੀ ਖੁੱਲੀਆਂ ਡੁੱਲੀਆਂ, ਗੋਲ ਗੋਲੇ ਦੇ ਵਿੱਚ ਸੋਹਣੇ ਸੋਹਣੇ ਡਿਜ਼ਾਇਨ, ਸੋਹਣੇ ਸੋਹਣੇ ਰੰਗ ਆ ਗਏ ਜੀ ਮੇਰੇ ਵੀਰਾਂ ਵਾਸਤੇ। ਪਲੇਨ 'ਚ ਵੀ ਲੈ ਕੇ ਜਾ ਸਕਦੇ ਹੋ ਜੀ। ਸਾਈਜ਼ ਤੁਹਾਨੂੰ ਮਿਲ ਜਾਣਗੇ ਸਾਰੇ ਹੀ ਇੱਥੋਂ। ਦੇਖੋ ਜੀ ਕਿੰਨੇ ਸੋਹਣੇ ਪ੍ਰਿੰਟਡ ਟੀ ਸ਼ਰਟਾਂ ਆ ਗਈਆਂ ਜੀ। ਰੇਟ ਤੁਹਾਨੂੰ ਲੱਗੂਗਾ ਜੀ ਸਿਰਫ 150 ਰੁਪਇਆ। 150 ਆ ਦੇਖੋ ਜੀ ਪਿੱਛੇ ਉੱਪਰ, ਸਰ ਪੈਂਟਾਂ ਦਾ ਕੀ ਰੇਟ ਰੱਖਿਆ ਜੀ ਉੱਪਰ? 500-600 ਤੇ ਪੈਂਟਾਂ ਵੀ ਸਟਾਰਟ ਹੋ ਰਹੀਆਂ ਜੀ ਇੱਧਰ, ਸ਼ਰਟਾਂ ਵੀ ਆ ਗਈਆਂ ਜੀ। 200 ਰੁਪਏ ਦੇ ਵਿੱਚ ਸ਼ਰਟ ਲਓ ਜੀ। 200 ਰੁਪਏ ਦੇ ਵਿੱਚ ਸ਼ਰਟਾਂ ਆ ਗਈਆਂ ਜੀ ਖੁੱਲੀਆਂ ਡੋਲੀਆਂ, LXL XXL ਸਾਈਜ਼ ਤੁਹਾਨੂੰ ਮਿਲ ਜਾਵੇਗੇ। ਜਿੰਨੇ ਜਿਹੜੀ ਮਰਜ਼ੀ ਲੈ ਜਾਓ ਜੀ, 200-200 ਰੁਪਏ ਦੇ ਵਿੱਚ ਸਰ ਹੁਣ ਕੋਲ ਆਣ ਕੇ। ਹਾਂਜੀ ਸੇਲ ਲੱਗ ਚੁੱਕੀ ਹੈ 200-200 ਦੇ ਵਿੱਚ ਸ਼ਰਟਾਂ, 150 'ਚ ਟੀ ਸ਼ਰਟਾਂ। ਸ਼ਾਲ ਵੀ ਮੇਰੀਆਂ ਭੈਣਾਂ ਲੈ ਕੇ ਜਾ ਸਕਦੇ, ਜਾਂਦੀ ਜਾਂਦੀ ਠੰਡ ਦਾ ਫਾਇਦਾ ਲੈ ਲਓ। ਰੇਟ ਘੱਟ ਗਿਆ ਜੀ, 100 ਸ਼ਾਲ ਆ ਗਏ 150-150 ਰੁਪਏ ਦੇ ਵਿੱਚ ਵੀ ਤੁਸੀਂ ਇੱਥੋਂ ਲੈ ਕੇ ਜਾ ਸਕਦੇ ਹੋ ਸਰ ਹੁਣਾਂ ਕੋਲੋਂ ਡੇਲੀ ਆ ਕੇ, ਹੈ ਨਾ ਜੀ? ਲਓ ਜੀ ਚੌੜਾ ਬਾਜ਼ਾਰ ਲੁਧਿਆਣਾ ਦੇ ਵਿੱਚ 450 ਦੇ ਵਿੱਚ ਪੈਂਟਾਂ ਖੁੱਲੀਆਂ ਡੁੱਲੀਆਂ ਸਟਰੇਟ ਫਿੱਟ ਪੈਂਟਾਂ ਮੁੰਡਿਆਂ ਵਾਸਤੇ, ਆ ਵੀ 450-450। ਲਓ ਜੀ ਸਿਕਸ ਪੋਕਿਟ ਵੀ 450 ਦੇ ਵਿੱਚ ਮਿਲੇਗੀ ਜੀ, ਰੰਗ ਕਾਲਾ ਬਲਿਊ ਗ੍ਰੀਨ ਜਿੱਦਾਂ ਦਾ ਤੁਹਾਨੂੰ ਪਸੰਦ ਆ ਲੈ ਕੇ ਜਾ ਸਕਦੇ ਹੋ। 450 ਰੁਪਏ ਦੇ ਵਿੱਚ ਸੇਲ ਹੋ ਰਹੀ। 200 ਸੇਲ ਲੱਗ ਗਈ ਜੀਨ ਦੀਆਂ ਪੈਂਟਾਂ ਦੀ। ਦੇਖੋ ਖੁੱਲੀਆਂ ਡੁੱਲੀਆਂ ਜੀਨ ਦੀਆਂ ਪੈਂਟਾਂ ਤੁਹਾਨੂੰ ਮਿਲਣਗੀਆਂ ਸਿਰਫ 200-200 ਰੁਪਏ ਦੇ ਵਿੱਚ। ਦੇਖੋ ਜੀ ਢੇਰ ਲੱਗੇ ਪਏ ਇੱਧਰ, ਜਿੱਦਾਂ ਦਾ ਮਰਜ਼ੀ ਰੰਗ ਲੈ ਜਾਓ ਜੀ। 200-200 ਰੁਪਏ ਦੇ ਵਿੱਚ ਮੁੰਡਿਆਂ ਵਾਸਤੇ ਜੀਨ ਦੀਆਂ ਪੈਂਟਾਂ ਆ ਗਈਆਂ। ਸਰ ਸਾਈਜ਼ ਕਿਹੜੇ ਕਿਹੜੇ ਮਿਲ ਜਾਣਗੇ ਜੀ? 28-40 ਤੱਕ। 28-40 ਤੱਕ ਹੈ ਨਾ ਜੀ ਜੀਨ ਦੀਆਂ ਪੈਂਟਾਂ ਦੀਆਂ। ਦੇਖੋ ਜੀ ਸੇਲ ਲੱਗੀ ਹੋਈ 200 ਰੁਪਇਆ ਜੀ। ਭਾਈ ਡੇਲੀ ਹੁੰਦੇ ਨਾ ਤੁਸੀਂ ਇੱਥੇ? ਹਾਂਜੀ ਸੋਮਵਾਰ ਆਓ, ਮੰਗਲਵਾਰ ਆਓ, ਜਦੋਂ ਮਰਜ਼ੀ ਤੁਸੀਂ ਇੱਥੇ ਆਣ ਕੇ। ਭਾਈ ਡੇਲੀ ਦਾ ਰੇਟ 200 ਰੁਪਇਆ ਹੁੰਦਾ ਜੀ? ਹਾਂਜੀ 200। ਲਓ ਜੀ ਫਿਕਸ ਰੇਟ ਹੈਗਾ ਜੀ 200 ਰੁਪਇਆ। ਜੀਨ ਦੀਆਂ ਪੈਂਟਾਂ ਤੁਸੀਂ ਲੈ ਕੇ ਜਾ ਸਕਦੇ ਹੋ ਮੇਰੇ ਵੀਰ ਪਸੰਦ ਕਰਕੇ। ਦੇਖੋ ਜੀ ਰੰਗ ਤੁਹਾਨੂੰ ਮਿਲ ਜਾਣਗੇ ਅਲੱਗ ਅਲੱਗ, ਰੇਟ ਤੁਹਾਨੂੰ ਲੱਗੂਗੇ ਸਿਰਫ 200 ਰੁਪਇਆ। ਕੋਟਨ ਲਾਈਕਰਾ ਦੇ ਵਿੱਚ ਟੀ ਸ਼ਰਟਾਂ ਆ ਗਈਆਂ ਜੀ। ਸਰ ਫੜ ਕੇ ਦਿਖਾ ਦਿਓ ਜੀ 2-3 ਟੀ ਸ਼ਰਟਾਂ। ਦੇਖੋ ਜੀ ਖੁੱਲੀਆਂ ਡੁੱਲੀਆਂ ਟੀ ਸ਼ਰਟਾਂ ਮੁੰਡਿਆਂ ਵਾਸਤੇ, ਨਵਾਂ ਕੱਪੜਾ ਆ ਗਿਆ ਜੀ, ਨਵੀਆਂ ਟੀ ਸ਼ਰਟਾਂ। ਰੰਗ ਤੁਹਾਨੂੰ ਮਿਲ ਜਾਣਗੇ ਅਲੱਗ ਅਲੱਗ, ਪ੍ਰਿੰਟਡ ਵੀ ਲੈ ਕੇ ਜਾ ਸਕਦੇ, ਬੈਕ ਸਾਈਡ 'ਤੇ ਪ੍ਰਿੰਟ ਹੋਊਗਾ, ਫਰੰਟ 'ਤੇ ਵੀ ਹੋਊਗਾ ਜੀ। ਰੇਟ ਤੁਹਾਨੂੰ ਲੱਗੂਗਾ ਜੀ ਕਿੰਨਾ? 300 ਰੁਪਇਆ। ਹਰ ਐਤਵਾਰ ਭਾਅ ਜੀ ਉਹਨਾਂ ਕੋਲ ਇੱਥੇ ਆਣ ਕੇ ਸ਼ੋਪਿੰਗ ਕਰ ਸਕਦੇ ਹੋ ਜੀ। ਟੀ ਸ਼ਰਟਾਂ ਦਾ ਢੇਰ ਲੱਗਾ ਪਿਆ, ਰੰਗ ਤੁਹਾਨੂੰ ਮਿਲ ਜਾਣਗੇ ਅਲੱਗ ਅਲੱਗ। ਸਰ ਪਜਾਮੇ 150 ਕੋਟਨ 'ਚ, ਕੋਟਨ ਦਾ ਪਜਾਮਾ ਸਿਰਫ ਰੇਟ ਤੁਹਾਨੂੰ ਲੱਗੂਗਾ ਜੀ 150 ਰੁਪਇਆ। ਪਿੱਛੇ ਟੀ ਸ਼ਰਟਾਂ ਦੇ ਡਿਸਪਲੇ ਲੱਗੀ ਹੋਈ ਹੈ ਜੀ। ਆਹ ਦੇਖੋ ਜੀ ਇੱਥੋਂ ਵੀ ਤੁਸੀਂ ਜਿਹੜੀ ਪਸੰਦ ਲੈ ਕੇ ਜਾ ਸਕਦੇ ਹੋ ਜੀ। ਬਿੰਦਰਾ ਸੰਸ ਦੇ ਨਾਲ ਬਿਲਕੁਲ ਭਾਅ ਜੀ ਉਹਨਾਂ ਦੇ ਹਰ ਐਤਵਾਰ ਇੱਥੋਂ ਆਣ ਕੇ ਤੁਸੀਂ ਸ਼ੋਪਿੰਗ ਕਰ ਸਕਦੇ ਹੋ ਜੀ। ਫਿਰ ਪੈਂਟਾਂ ਆ ਗਈਆਂ, ਦੇਖੋ ਜੀ ਬਾਹਰ ਡਿਸਪਲੇ ਲੱਗੀ ਹੋਈ, ਢੇਰ ਲੱਗਾ ਪਿਆ, ਅਲੱਗ ਤੁਹਾਨੂੰ ਅਲੱਗ ਅਲੱਗ ਰੰਗ ਮਿਲ ਜਾਣਗੇ ਜੀ, ਅਲੱਗ ਅਲੱਗ ਡਿਜ਼ਾਈਨ ਮਿਲ ਜਾਣਗੇ।
ਕਲਰ ਤੁਸੀਂ ਦੇਖੋ ਬਹੁਤ ਹੀ ਸੋਹਣੇ ਸੋਹਣੇ ਆ ਗਏ, ਲਾਈਟ ਡਾਰਕ ਜਿੱਦਾਂ ਤੁਹਾਨੂੰ ਕਲਰ ਪਸੰਦ ਆਏ ਜੀ ਲੈ ਕੇ ਜਾ ਸਕਦੇ। ਮਿਲਣਾ ਕਿੱਥੇ ਆ ਜੀ? ਆਹ ਦੇਖੋ ਜੀ, ਬਿੰਦਰਾ ਸੰਸ ਚੌੜਾ ਬਾਜ਼ਾਰ ਲੁਧਿਆਣਾ, ਇੱਥੋਂ ਤੁਹਾਨੂੰ ਸਪੈਸ਼ਲ ਜੈਂਟਸ ਪੈਂਟਾਂ ਸ਼ਰਟਾਂ ਕੋਟ ਪੈਂਟ ਸਪੈਸ਼ਲੀ। ਆਹ ਦੇਖੋ ਜੀ, ਕੋਟ ਪੈਂਟਾਂ ਦੀ ਵੀ ਸੇਲ ਲੱਗ ਚੁੱਕੀ ਹੈ ਸਰ, 2000 ਰੁਪਈਆ ਰੇਟ ਰੱਖਿਆ ਜੀ। ਆਹ ਦੇਖੋ ਜੀ, 2000 ਦੇ ਵਿੱਚ ਥ੍ਰੀ ਪੀਸ ਕੋਟ ਪੈਂਟਾਂ ਦੀ ਡਿਸਪਲੇ ਲੱਗੀ ਹੋਈ ਹੈ ਜੀ। 2000 ਕੋਟ ਪੈਂਟਾਂ ਦੀ ਸੇਲ ਲੱਗ ਚੁੱਕੀ ਹੈ ਜੀ। ਚੌੜਾ ਬਾਜ਼ਾਰ ਲੁਧਿਆਣਾ ਬਿੰਦਰਾ ਸੰਸ 'ਤੇ ਆ ਕੇ ਤੁਸੀਂ ਸ਼ੋਪਿੰਗ ਕਰ ਸਕਦੇ ਹੋ। ਤੁਹਾਨੂੰ ਪੈਂਟਾਂ ਦਿਖਾ ਰਹੀ ਸੀ, ਸੇਲ ਲੱਗ ਚੁੱਕੀ ਹੈ ਜੀ ਪੈਂਟਾਂ ਦੀ। ਪਾਰਟੀ ਵੇਅਰ ਪੈਂਟਾਂ ਤੁਸੀਂ ਲੈ ਕੇ ਜਾਂਦੇ ਹੋ, ਸਿਰਫ ਰੇਟ ਤੁਹਾਨੂੰ ਲੱਗੂਗਾ ਜੀ ਉਹਨਾਂ ਦਾ 300 ਰੁਪਈਆ ਜੀ। ਇੱਧਰ ਆ ਦੇਖੋ ਜੀ, ਹੋਰ ਵੀ ਡਿਜ਼ਾਈਨ ਆ ਗਏ ਕੋਟ ਪੈਂਟਾਂ ਦੇ, ਨਵੇਂ ਆ ਗਏ। ਨਵੇਂ ਡਿਜ਼ਾਈਨ ਦੇ ਵਿੱਚ ਵੀ ਕੋਟ ਪੈਂਟ ਤੁਸੀਂ ਲੈ ਕੇ ਜਾ ਸਕਦੇ ਹੋ ਜੀ। ਇੱਧਰ ਹੋਰ ਵੀ ਕਲਰ ਤੁਹਾਨੂੰ ਮਿਲ ਜਾਊਗਾ ਸਰ। ਇਹਦਾ ਕੀ ਰੇਟ ਹੈ ਜੀ? 2000। ਆਹ ਵੀ 2000 ਦਾ ਜੀ? ਲਓ ਜੀ, ਆਹ ਵੀ ਲੈ ਕੇ ਜਾਂਦੇ ਨਵੇਂ ਡਿਜ਼ਾਈਨ ਦਾ ਕੋਟ ਪੈਂਟ, ਸਿਰਫ 2000 ਦੇ ਵਿੱਚ। ਦੇਖੋ ਜੀ, ਦੇਖੋ ਬੱਚਿਆਂ ਦੇ ਕੋਟ ਪੈਂਟ ਵੀ ਮਿਲ ਜਾਣਗੇ, ਵੱਡਿਆਂ ਦੇ ਵੀ ਮਿਲ ਜਾਣਗੇ, ਅਤੇ ਫਿਰ ਰਾਊਂਡ ਨੈਕ ਦੇ ਵਿੱਚ ਜਿਹਨੂੰ ਪਸੰਦ ਉਹ ਵੀ ਲੈ ਕੇ ਜਾ ਸਕਦੇ ਹੋ ਜੀ। ਰੇਟ ਤੁਹਾਨੂੰ ਲੱਗੂਗਾ ਜੀ ਇਹਨਾਂ ਦਾ 2000 ਰੁਪਇਆ ਅੰਦਰੋਂ। ਹੋਰ ਸਰ ਆਪਣੇ ਕੋਲ, ਪਹਿਲਾਂ ਆਪਾਂ ਅੰਦਰ ਜਾਂਦੇ ਹਾਂ ਜੀ। ਸਤਿ ਸ਼੍ਰੀ ਅਕਾਲ ਭਾਅ ਜੀ, ਕੀ ਹਾਲ ਚਾਲ ਜੀ? ਭਾਅ ਜੀ ਹੁਣੇ ਆ ਗਏ ਸ਼ਾਪ ਦੇ ਓਨਰ। ਭਾਅ ਜੀ ਆਪਣੇ ਕੋਲ ਪੈਂਟਾਂ ਸ਼ਰਟਾਂ ਟੀ ਸ਼ਰਟਾਂ ਸਾਰਾ ਕੁਛ ਮਿਲ ਜਾਂਦਾ ਜੀ? ਹੋਰ ਵਰਾਇਟੀ ਕਿਹੜੀ ਕਿਹੜੀ ਹੁੰਦੀ ਹੈ ਜੀ? ਆਪਣੇ ਕੋਲ ਲੇਡੀਜ਼ ਟੋਪ ਵੀ ਹੁੰਦੇ ਆ, ਲੇਡੀਜ਼ ਜੀਨਾਂ ਵੀ ਹੁੰਦੀਆਂ, ਠੀਕ ਹੈ ਜੀ, ਬੱਚਿਆਂ ਦੀ ਪੈਂਟਾਂ ਸ਼ਰਟਾਂ ਵੀ ਹੁੰਦੀਆਂ, ਠੀਕ ਹੈ ਜੀ, ਸਾਰਾ ਕੁਝ ਮਿਲ ਜੂਗਾ। ਇੱਕ ਵਾਰੀ ਪ੍ਰੋਪਰ ਲੋਕੇਸ਼ਨ ਬੋਲ ਦਿਓ ਸ਼ਾਪ ਦੀ। ਇਹ ਆਪਣੇ ਚੋੜੇ ਪਿਆਰ ਹੈਗੀ ਜੀ, ਬਿਜਲੀ ਦਫ਼ਤਰ ਆ ਆਪਣੇ ਬਿਲਕੁਲ ਸਾਹਮਣੇ ਦੁਕਾਨ ਆ। ਦੇਖੋ ਜੀ ਬਿਜਲੀ ਦਫ਼ਤਰ ਬਾਹਰ ਲਾਲ ਕਲਰ ਦੀ ਬਿਲਡਿੰਗ, ਸ਼ਾਇਦ ਮੈਂ ਤੁਹਾਨੂੰ ਬਾਹਰ ਜਾ ਕੇ ਦਿਖਾਉਣਾ ਜੀ ਪ੍ਰੋਪਰ। ਆਹ ਦੇਖੋ ਜੀ ਬਿਜਲੀ ਦਫ਼ਤਰ ਚੌੜਾ ਬਾਜ਼ਾਰ, ਇੱਥੋਂ ਆਓ ਜਦੋਂ ਆਪਾਂ ਇੱਧਰੋਂ ਆਉਂਦੇ ਹਾਂ ਚੌੜਾ ਬਾਜ਼ਾਰ ਨੂੰ। ਬਿਜਲੀ ਦਫ਼ਤਰ ਦੀ ਲਾਲ ਕਲਰ ਦੀ ਬਿਲਡਿੰਗ ਹੈ ਨੀਅਰ ਪਿੰਕ ਪਲਾਜ਼ਾ, ਨੀਅਰ ਪਿੰਕ ਪਲਾਜ਼ਾ ਦੇ ਬਿਲਕੁਲ ਅੱਗੇ ਆਣ ਕੇ ਬਿਲਕੁਲ ਓਪੋਜ਼ਿਟ ਬਿੰਦਰਾ ਸੰਸ ਦੇ ਤੁਸੀਂ ਇੱਥੇ ਆਣ ਕੇ ਸ਼ੋਪਿੰਗ ਕਰ ਸਕਦੇ ਹੋ। ਸਰ ਉਹਨਾਂ ਕੋਲ ਪੁੱਛਦੇ ਆਪਾਂ, ਸਰ ਇੱਕ ਵਾਰੀ ਆਪਣਾ ਨੰਬਰ ਬੋਲ ਦਿਓ ਜੀ, ਆਪਾਂ ਕਾਰਡ ਵੀ ਲਗਾ ਦਾਂਗੇ ਜੀ। ਆਪਣੀ ਦੁਕਾਨ ਦਾ ਨਾਮ ਬਿੰਦਰਾ ਸੰਸ ਹੈ ਜੀ, ਅਤੇ ਮੋਬਾਈਲ ਨੰਬਰ ਆਪਣਾ ਹੈਗਾ ਵਾ 98884-40-126, ਠੀਕ ਹੈ ਜੀ। ਤੁਹਾਨੂੰ ਫੋਨ ਕਰ ਸਕਦੇ ਜਦੋਂ ਮਰਜ਼ੀ ਆਓ। ਗਰਮੀਆਂ ਦੀ ਸਾਰੀ ਵਰਾਇਟੀ, ਸਾਰੀ ਵਰਾਇਟੀ ਆਉਣੀ ਹੈ, ਸੇਲ ਲੱਗ ਚੁੱਕੀ ਹੈ ਜੀ। ਪੰਜਾਬੀ ਜੁੱਤੀਆਂ ਸੈਂਡਲ ਗਰਗਾਬੀਆਂ ਲੇਡੀਜ਼ ਸੈਂਡਲ ਜੋ ਮਰਜ਼ੀ ਲੈ ਜਾਓ ਜੀ, 200। ਲਓ ਜੀ 200, ਜਿਹੜੀ ਮਰਜ਼ੀ ਚੱਕੋ ਜੀ 200। ਆ ਵੀ ਚੱਕੋ ਜੀ 200 ਚ, ਹਾਂਜੀ ਹਾਂਜੀ 200 ਚ ਹੀ ਹੈ। ਪਾਰਟੀ ਵੇਅਰ ਸਾਰੀਆਂ 200 ਚ, ਦੇਖੋ ਜੀ ਮੋਜੇ ਵੀ 200 ਚ, ਸਿਰਫ 550 ਵਾਲੀ 250 ਚ, ਹਾਂਜੀ ਆਹ ਵਾਲੀ ਫੈਂਸੀ ਜੁੱਤੀਆਂ ਤੁਹਾਨੂੰ ਮਿਲ ਜਾਣਗੀਆਂ ਜੀ 250 ਦੇ ਵਿੱਚ। ਆ ਦੇਖੋ ਜੀ 250, ਸਿਰਫ ਰੇਟ ਤੁਹਾਨੂੰ ਲੱਗੂਗਾ ਜੀ 250 ਰੁਪਏ, 250 ਰੁਪਿਆ ਦੋਸਤੋ। ਢੇਰ ਲੱਗਾ ਪਿਆ ਤੇ ਆਹ ਵਾਲੀ ਹੈਗੀ 200 ਦੇ ਵਿੱਚ, ਤੇ ਨੀਚੇ ਵਾਲੀਆਂ 200 ਹੀ ਹੈ, ਆਹ ਵੀ ਤੁਹਾਨੂੰ ਮਿਲ ਜਾਣਗੀਆਂ 200 ਦੇ ਵਿੱਚ। ਤੇ ਸ਼ੂਜ਼ ਵੀ ਆਪਣੇ ਕੋਲ ਹੈਗੇ ਆ ਜੀ, ਇਹ 12-1300 ਵਾਲੇ 550 ਚ, ਸਿਰਫ 550 ਚ ਜੀ, 550 ਦਾ। ਦੇਖੋ ਜੀ 550 ਜੀ, ਸਪੋਰਟ ਸ਼ੂਜ਼ ਵੀ ਤੁਸੀਂ ਲੈ ਕੇ ਜਾ ਸਕਦੇ ਹੋ, ਕਲਰ ਤੁਹਾਨੂੰ ਮਿਲ ਜਾਣਗੇ ਅਲੱਗ ਅਲੱਗ। ਆ ਦੇਖੋ ਜੀ, ਆਹ ਇਹਦਾ ਰੇਟ ਦੱਸੋ ਭਾਅ ਜੀ। 350 ਕੁੜੀਆਂ ਵਾਸਤੇ ਸਪੈਸ਼ਲ ਹਾਈ ਨੈਕ ਦੇ ਵਿੱਚ, ਸਿਰਫ 550 ਜਾਣਾ ਜੀ, ਠੀਕ ਹੈ ਜੀ। ਕਲਰ ਇਹ 'ਚ ਅਲੱਗ ਅਲੱਗ ਮਿਲ ਜਾਣਗੇ ਜੀ, ਅਤੇ ਹਾਈ ਨੈਕ ਵਾਲਾ ਇਹ ਵੀ ਸਾਡੇ ਸੇਮ ਰੇਟ ਹੈ, ਹਾਂ ਸੇਮ ਰੇਟ 550, ਠੀਕ ਹੈ ਜੀ ਦੋਸਤੋ। ਤੁਸੀਂ ਇੱਥੇ ਆਣ ਕੇ ਡੇਲੀ ਭਾਅ ਜੀ ਹੁਣ ਇੱਥੇ ਹੁੰਦੇ ਆ ਜੀ, ਇੱਥੇ ਆਣ ਕੇ ਤੁਸੀਂ ਸ਼ੋਪਿੰਗ ਕਰ ਸਕਦੇ ਹੋ। ਸੰਡੇ ਨੂੰ ਆਉਣਾ ਚਾਹੋ ਸੰਡੇ ਨੂੰ ਆ ਸਕਦੇ ਆ। ਦੇਖੋ ਜੀ ਕਿਸਾਨ ਸੀਡ ਸਟੋਰ ਦੇ ਬਿਲਕੁਲ ਥੱਲੇ ਤੁਸੀਂ ਇੱਥੇ ਆਣ ਕੇ ਸ਼ੋਪਿੰਗ ਕਰ ਸਕਦੇ ਹੋ। ਬਹੁਤ ਹੀ ਸੋਹਣੇ ਸੋਹਣੇ ਲੇਡੀਜ਼ ਕੁੜਤੇ ਆ ਗਏ ਜੀ, ਆਹ ਦੇਖੋ ਜੀ ਸਿੰਗਲ ਕੁੜਤੇ ਤੁਸੀਂ ਲੈ ਕੇ ਜਾ ਸਕਦੇ ਹੋ। ਰੰਗ ਤੁਸੀਂ ਵੇਖੋ ਜੀ, ਰੰਗ ਮੇਰੀਆਂ ਭੈਣਾਂ ਨੂੰ ਅਲੱਗ ਅਲੱਗ ਮਿਲ ਜਾਣਗੇ ਜੀ। ਗਰਲਿਸ਼ ਲੇਡੀਜ਼ ਵਾਸਤੇ ਲੇਡੀਜ਼ ਕੁੜਤੇ ਦੇਖੋ ਜੀ, ਡਿਜ਼ਾਈਨ ਵੀ ਤੁਹਾਨੂੰ ਫਰੋਕ ਸੂਟ ਲੈ ਕੇ ਜਾ ਸਕਦੇ, ਕੱਟ ਵਾਲ ਲੈ ਕੇ ਜਾ ਸਕਦੇ, ਜਿੱਦਾਂ ਤੁਹਾਨੂੰ ਪਸੰਦ ਲੈ ਕੇ ਜਾ ਸਕਦੇ। ਗਰਲਿਸ਼ ਆਈਟਮ ਰੇਟ ਤੁਹਾਨੂੰ ਇਹਨਾਂ ਦਾ ਲੱਗੂਗਾ ਸਿਰਫ 150 ਰੁਪਇਆ। ਪੂਰਾ ਸੂਟ ਲੈ ਕੇ ਜਾਣਾ ਚਾਹੋ 500 ਦੇ ਵਿੱਚ, ਪੂਰਾ ਸੂਟ ਵੀ ਮਿਲ ਜੂਗਾ ਵਿਦ ਪਲਾਜ਼ੋ, ਇਹਨਾਂ ਦਾ ਰੇਟ ਤੁਹਾਨੂੰ ਲੱਗੂਗਾ ਜੀ 500 ਰੁਪਇਆ। ਥੱਲੇ ਤੁਹਾਨੂੰ ਦਿਖਾ ਰਿਹਾ ਜੀ ਲੇਡੀਜ਼ ਸੂਟ ਸਿੰਗਲ ਕੁੜਤਾ, ਰੇਟ ਤੁਹਾਨੂੰ ਇਹਨਾਂ ਦਾ ਲੱਗੂਗਾ ਜੀ 150 ਰੁਪਇਆ। ਆ ਗਏ ਜੀ ਟਰੈਵਲਿੰਗ ਵਾਸਤੇ
ਆਪਣੇ ਅਟੈਚੀ ਆ ਗਏ ਜੀ, ਟਰਾਲੀ ਬੈਗ ਆ ਗਏ, ਬਹੁਤ ਹੀ ਸੋਹਣੇ ਸੋਹਣੇ ਆ ਦੇਖੋ ਜੀ, ਕਿੰਨੇ ਸੋਹਣੇ ਸੋਹਣੇ ਫਾਈਬਰ ਦੇ ਵਿੱਚ ਟਰਾਲੀ ਬੈਗ, ਕੱਪੜੇ ਦੇ ਵਿੱਚ ਲੈ ਕੇ ਜਾਣਾ ਚਾਹੋ 20 ਕਿਲੋ ਦੀ ਪੈਕਿੰਗ ਹੈਗੀ ਹੈ ਜੀ, ਲੈ ਕੇ ਜਾ ਸਕਦੇ, ਕਿੱਟਾਂ ਲੈ ਕੇ ਜਾ ਸਕਦੇ ਜੀ, ਬਹੁਤ ਹੀ ਸੋਹਣੀਆਂ ਸੋਹਣੀਆਂ ਦੇਖੋ ਜੀ, ਸਾਹਮਣੇ ਡਿਸਪਲੇ ਵੀ ਲੱਗੀ ਹੋਈ ਹੈ ਜੀ, ਕੋਈ ਹੁਣ ਜ਼ਿਆਦਾ ਫਰਕ ਨਹੀਂ ਰਹਿ ਗਿਆ, ਕੱਪੜੇ ਦਾ ਹੋ ਗਿਆ, ਫਾਈਬਰ ਦਾ ਹੋ ਗਿਆ, ਹੁਣ ਸਾਦਾ ਨਹੀਂ 100 ਜਾਂ 150 ਦਾ ਫਰਕ ਹੋਊਗਾ, ਪ੍ਰਾਈਸ ਵੀ ਨਾਲੇ ਸੇਮ ਲੱਗੇ ਹੋਇਆ, ਕੋਈ ਉਹ ਨਹੀਂ ਹੈਗਾ ਵੀ ਸਟਾਰਟਿੰਗ ਕਿੱਥੋਂ ਹੋ ਰਹੀ ਭਾਈ ਆਪਣੀ, ਸਾਡੀ ਕੱਪੜੇ ਉਹੀ ਭਾਜੀ 1000 ਰੁਪਏ ਦਾ ਆਪਣਾ ਕੱਪੜੇ ਦਾ ਸ਼ੁਰੂ ਸੀ, ਉਹ ਆਪਣੇ ਕੋਲ 600 ਤੋਂ ਵੀ ਸ਼ੁਰੂ ਹੋ ਗਿਆ, 700 ਤੋਂ ਵੀ, ਅੱਛਾ ਜੀ, ਤੇ ਆਪਣਾ ਜਿਹੜਾ ਫਾਈਬਰ ਦਾ ਸੀ 600-700-800-900 ਇਦਾਂ ਹੈ ਜੀ, ਓਕੇ ਓਕੇ, ਮੈਂ ਰੇਟ ਇਹਨੇ ਡਾਊਨ ਹੋ ਗਏ, ਹਾਂਜੀ ਹਾਂਜੀ ਸਰ, ਮੈਂ ਡਿਸਕਾਊਂਟ ਦੇ ਰਿਹਾ, ਸੇਲ ਲੱਗ ਚੁੱਕੀ ਹੈ ਚੌੜੇ ਬਾਜ਼ਾਰ ਦੇ ਵਿੱਚ, ਡੇਲੀ ਤੁਸੀਂ ਇੱਥੇ ਆਣ ਕੇ ਸ਼ਾਪਿੰਗ ਕਰ ਸਕਦੇ, 1000 ਦਾ ਮਤਲਬ ਜੀ 1000 ਤੋਂ ਸਟਾਰਟਿੰਗ ਹੋ ਰਹੀ ਹੈ ਕੱਪੜੇ ਵਾਲੇ ਦੀ, ਐਮਐਸ ਬੈਗ ਜ਼ਰੂਰ ਕਹਿ ਦਿਓ, ਹਾਂਜੀ ਐਮਐਸ ਬੈਗ, ਠੀਕ ਹੈ ਜੀ, ਐਮਐਸ ਬੈਗ ਸ਼ਾਪ ਦਾ ਨਾਮ ਹੈ, ਐਮਐਸ ਬੈਗ, ਹਾਂਜੀ ਸ਼ਾਪ ਦਾ, ਹਾਂਜੀ ਉਹ ਦੇਖੋ ਜੀ ਸਾਹਮਣੇ ਆਪਾਂ ਤੁਹਾਨੂੰ ਉੱਪਰ ਲੋਕੇਸ਼ਨ ਵੀ ਦਿਖਾ ਦਈਏ ਜੀ, ਆਹ ਦੇਖੋ ਜੀ ਗੁਰਦੁਆਰਾ ਸਾਹਿਬ ਇੱਧਰ ਹੈਗਾ, ਕਾਲਗੜ੍ਹ ਗੁਰਦੁਆਰਾ ਸਾਹਿਬ ਦੇ ਬਿਲਕੁਲ ਨਾਲ ਹੀ, ਇੱਥੇ ਆਣ ਕੇ ਤੁਸੀਂ ਬੈਗ ਲੈ ਕੇ ਜਾ ਸਕਦੇ, ਪਰਸ ਵੀ ਤੁਸੀਂ ਲੈ ਕੇ ਜਾ ਸਕਦੇ, ਸੇਲ ਲੱਗ ਚੁੱਕੀ ਹੈ ਚੌੜੇ ਬਾਜ਼ਾਰ ਦੇ ਵਿੱਚ, ਲੇਡੀਜ਼ ਪਰਸ ਦੀ ਵੱਡੇ ਵੱਡੇ ਲੇਡੀਜ਼ ਪਰਸ ਬਹੁਤ ਹੀ ਵਧੀਆ, ਆਹ ਦੇਖੋ ਜੀ ਲੇਡੀਜ਼ ਵਾਸਤੇ ਲੇਡੀਜ਼ ਪਰਸ ਤੁਸੀਂ ਲੈ ਕੇ ਜਾਂਦੇ ਹੋ, ਅਲੱਗ ਅਲੱਗ ਡਿਜ਼ਾਈਨ ਮਿਲ ਜੂਗਾ ਜੀ, ਜਿੰਨੇ ਮਰਜ਼ੀ ਤੁਸੀਂ ਲੈ ਕੇ ਜਾ ਸਕੋ, ਸਰ ਕੀ ਰੇਟ ਰੱਖਿਆ ਜੀ ਇਹਨਾਂ ਦਾ, 200 ਰੁਪਇਆ ਜੀ, 200 ਰੁਪਇਆ ਦੇਖੋ ਜੀ, 200 ਰੁਪਏ ਦੇ ਵਿੱਚ ਢੇਰ ਲੱਗਾ ਪਿਆ, ਜਿਹੜੇ ਮਰਜ਼ੀ ਪਰਸ ਨੂੰ ਹੱਥ ਪਾ ਲਓ ਜੀ, 200 ਰੁਪਏ ਦੇ ਵਿੱਚ ਲੈ ਕੇ ਜਾ ਸਕਦੇ, ਗਰਲਿਸ਼ ਆਈਟਮ ਤੁਹਾਨੂੰ ਦਿਖਾ ਰਹੇ ਹਾਂ ਜੀ, ਲੇਡੀਜ਼ ਪਰਸ ਉੱਧਰ ਤੁਹਾਨੂੰ ਟਰੋਲੀਆਂ ਮਿਲ ਜਾਣਗੇ ਭਾਅ ਜੀ ਉਹਨਾਂ ਕੋਲੋਂ, ਅੱਗੇ ਹੋਰ ਵੀ ਪਜਾਮੇ ਲੱਗੇ ਹੋਏ ਆ, ਦੇਖੋ ਜੀ ਸ਼ਰਟਾਂ ਲੱਗੀਆਂ ਹੋਈਆਂ, ਸ਼ਾਇਦ ਲੇਡੀਜ਼ ਵਾਸਤੇ ਪਜਾਮੇ ਆ ਗਏ ਜੀ ਇੱਧਰ, ਉਹ ਜੀ 150 ਦੇ ਵਿੱਚ ਲੇਡੀਜ਼ ਪਜਾਮੇ ਆ ਗਏ, ਪਿਓਰ ਕੋਟਨ ਦੇ, ਗਰਮੀਆਂ ਦੀ ਵਰਾਇਟੀ ਤੁਹਾਨੂੰ ਦਿਖਾ ਰਹੇ ਹਾਂ ਜੀ, ਰੇਟ ਤੁਹਾਨੂੰ ਲੱਗੂਗਾ ਜੀ ਇਹਨਾਂ ਦਾ 150 ਰੁਪਇਆ, ਅਲੱਗ ਅਲੱਗ ਕਲਰ ਅਲੱਗ ਅਲੱਗ ਡਿਜ਼ਾਈਨ ਤੁਸੀਂ ਲੈ ਕੇ ਜਾ ਸਕਦੇ ਹੋ, ਰੇਟ ਸਿਰਫ 150 ਰੁਪਇਆ ਜੀ, ਨਵੀਂ ਆਈਟਮ ਹੋਲੀ, ਹੋਲੀ ਦੀ ਨਵੀਂ ਆਈਟਮ ਆ ਗਈ ਜੀ, ਹੋਲੀ ਕੁੜਤਾ ਆ ਗਿਆ ਜੀ, ਦੇਖੋ ਜੀ ਗਰਲਿਸ਼ ਆਈਟਮ, ਰੇਟ ਭਾਅ ਜੀ ਇਹਦਾ ਸਿੰਗਲ ਕੁੜਤਾ 150 ਰੁਪਏ ਦਾ ਨਾ ਜੀ, ਸਿੰਗਲ ਕੁੜਤਾ ਤੁਹਾਨੂੰ ਮਿਲ ਜੂਗਾ 150 ਰੁਪਏ ਦਾ, ਬਾਹਰ ਵੀ ਲੱਗੇ ਹੋਏ ਆ ਡਿਸਪਲੇ ਦੇ ਵਿੱਚ, ਤੁਹਾਨੂੰ ਦਿਖਾ ਰਿਹਾ ਦੇਖੋ ਜੀ ਵੀਡੀਓ ਦੇ ਵਿੱਚ, ਤੁਸੀਂ ਦੇਖ ਸਕਦੇ ਹੋ ਜੀ ਭਾਅ ਜੀ, ਇੱਕ ਆਹ ਚੱਕ ਦਿਖਾਇਓ ਮਾੜਾ ਜੀ, ਲਓ ਜੀ ਆਹ ਦੇਖੋ ਜੀ ਗਰਲਿਸ਼ ਆਈਟਮ ਲੇਡੀਜ਼ ਵਾਸਤੇ ਸਿੰਗਲ ਕੁੜਤੇ, ਇਹਦੇ ਵਿੱਚ ਕਲਰ ਤੁਹਾਨੂੰ ਮਿਲ ਜਾਣਗੇ ਅਲੱਗ ਅਲੱਗ, ਡਿਜ਼ਾਈਨ ਵੀ ਤੁਹਾਨੂੰ ਮਿਲ ਜਾਣਗੇ ਅਲੱਗ ਅਲੱਗ, ਔਰ ਸਾਰਾ ਰੇਟ 150 ਰੁਪਇਆ ਜੀ, ਹਾਂਜੀ 150 ਰੁਪਇਆ, ਕਮਲ ਗਾਰਮੈਂਟਸ ਆ ਨਾ ਜੀ, ਚੌੜਾ ਬਾਜ਼ਾਰ ਲੁਧਿਆਣਾ ਨੀਅਰ ਕਾਲਗੜ੍ਹ ਗੁਰਦੁਆਰਾ ਕਾਲਗੜ੍ਹ ਮਾਰਕੀਟ, ਇੱਥੇ ਆਣ ਕੇ ਤੁਸੀਂ ਸ਼ਾਪਿੰਗ ਕਰ ਸਕਦੇ ਹੋ ਜੀ, ਪਜਾਮੇ ਵੀ ਭਾਜੀ ਉਹਨਾਂ ਕੋਲ ਮਿਲ ਜਾਣਗੇ, ਸ਼ਰਟਾਂ ਮਿਲ ਜਾਣਗੀਆਂ, ਪਿੱਛੇ ਜੀਨ ਦੀਆਂ ਪੈਂਟਾਂ ਵੀ ਮਿਲ ਜਾਣਗੀਆਂ ਜੀ, ਪੂਰਾ ਸੂਟ ਸਰ ਕੀ ਰੇਟ ਰੱਖਿਆ ਜੀ ਪੂਰੇ ਸੂਟ ਦਾ, 350 ਰੁਪਏ ਦੇ ਵਿੱਚ ਪੂਰਾ ਪਲਾਜ਼ੋ ਸੂਟ ਲੈ ਕੇ ਜਾ ਸਕਦੇ ਹੋ। ਦੋਸਤੋ ਇਹ ਸੀਗਾ ਸਾਡਾ ਚੋੜਾ ਬਾਜ਼ਾਰ ਘੰਟਾਕਾਰ ਮਾਰਕੀਟ ਦਾ ਵਲੌਗ, ਜਿਹੜਾ ਕਿ ਲੁਧਿਆਣਾ ਦੇ ਵਿੱਚ ਮਾਰਕੀਟ ਹੈਗੀ, ਤੁਹਾਨੂੰ ਦੱਸਿਆ ਹੀ ਹੈਗਾ ਆਪਣੀ ਵੀਡੀਓ ਦੇ ਵਿੱਚ, ਲੋਕੇਸ਼ਨ ਦੱਸੀ ਹੋਈ ਤੁਹਾਨੂੰ ਪ੍ਰੋਪਰ ਅਸੀਂ, ਅਤੇ ਦੋਸਤੋ ਇਹ ਹੈ ਸੰਡੇ ਮਾਰਕੀਟ, ਜਿਸ ਵਿੱਚ ਤੁਹਾਨੂੰ ਅਸੀਂ ਗਰਮੀਆਂ ਦੀ ਕਲੈਕਸ਼ਨ ਦਿਖਾਈ ਹੈਗੀ ਆ, ਅਤੇ ਅੱਜ ਦੀ ਵੀਡੀਓ ਵੀ ਤੁਹਾਨੂੰ ਇਹ ਬਹੁਤ ਸਾਰਾ ਕੁਝ ਦਿਖਾਇਆ ਹੈ, ਕੱਪੜੇ ਵਗੈਰਾ ਤੁਹਾਨੂੰ ਦੋਸਤ ਤੁਹਾਨੂੰ ਦੱਸ ਦਈਏ, ਜੇ ਸਾਡੇ ਕੋਲ ਤੁਸੀਂ ਵੀਡੀਓ ਬਣਵਾਉਣਾ ਚਾਹੁੰਦੇ, ਕਿਸੇ ਪ੍ਰਕਾਰ ਦਾ ਕੋਈ ਬਿਜ਼ਨਸ ਹੈਗਾ ਤੁਹਾਡਾ ਜੀ, ਸਾਡੇ ਕੋਲ ਵੀਡੀਓ ਬਣਵਾਉਣਾ ਚਾਹੁੰਦੇ ਹੈਗੇ, ਉੱਪਰ ਨੰਬਰ ਸਾਡਾ ਚੱਲ ਰਿਹਾ ਹੈਗਾ, ਤੁਸੀਂ ਸਾਡੇ ਕੋਲ ਵੀਡੀਓ ਬਣਵਾ ਸਕਦੇ ਹੈ, ਸਾਨੂੰ ਕੋਲ ਤੁਸੀਂ ਕਰ ਸਕਦੇ ਹੋ। ਦੋਸਤੋ ਆਪਾਂ ਜ਼ਿਆਦਾ ਗੱਲਾਂ ਨਹੀਂ ਕਰਦੇ, ਵੀਡੀਓ ਨੂੰ ਐਂਡ ਕਰਨ ਜਾ ਰਹੇ ਹਾਂ, ਵੀਡੀਓ ਚੰਗੀ ਲੱਗੀ ਵੀਡੀਓ ਲਾਈਕ ਕਰਿਓ, ਸ਼ੇਅਰ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ, ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰਿਓ, ਤਾਂ ਸਾਡੇ ਆਉਣ ਵਾਲੇ ਮਾਰਕੀਟ ਨੂੰ ਸਭ ਤੋਂ ਪਹਿਲਾਂ ਮਿਲ ਜਾਣ, ਫਿਰ ਮੈਂ ਤੁਹਾਨੂੰ ਨਵੀਂ ਮਾਰਕੀਟ ਨਾਲ ਦੱਸਾਂਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।